ਅਮਰਤਾ ਪ੍ਰੀਤਮ ਦਾ ਨੋਵਲ ਹੈ ਬੇਣੂ ਪਹਿਲਾ ਕਾਂਡ ਸਭ ਜਾਣਦੇ ਹਨ ਬਦਾਉਂ ਜ਼ਿਲ੍ਹੇ ਦੇ ਮਾਨਿਕਪੁਰ ਦਾ ਠਾਕੁਰ ਪ੍ਰithvi ਸਿੰਘ ਜਦੋਂ ਸੌਰੀ ਸ਼ਰੀਕੇ ਦੇ ਇੱਕ ਵਿਆਹ ਤੇ ਲਾਲ ਲਸ਼ਕਰ ਨਾਲ ਤੁਰਿਆ ਤਾਂ ਰਾ ਪਿੰਡਾਂ ਦੇ ਲੋਕ ਕੋਹਾਂ ਦਾ ਵਲਾਪਾ ਕੇ ਉਹਦੀ ਚੜਤ ਵੇਖਣ ਲਈ ਆਏ ਸਨ ਸਭ ਤੋਂ ਅੱਗੇ ਦੁਸ਼ਾਲਿਆਂ ਨਾਲ ਸਜੇ ਹੋਏ ਗੁੰਮਟੀ ਵਾਲੇ ਰੱਥ ਵਿੱਚ ठाकुर पृथ्वी सिंघा ਬੈਠਾ ਹੋਇਆ ਸੀ ਜਿਹਦੇ ਤਕੀਏ ਨਾਲ ਉਹਨੇ ਨਹੀਂ ਉਹਦੀ ਬੰਦੂਕ ਨੇ ਢੋਲਾਈ ਹੋਈ ਸੀ ਉਸ ਤੋਂ ਪਿੱਛੇ ਚਾਂਦੀ ਦੇ ਛੱਬੇ ਵਾਲਾ ਰੱਬਾ ਸੀ ਪਾਲਕੀ ਜਿਹਾ ਜਿਹਦੇ ਸਿਰ ਉੱਤੇ ਸੋਨੇ ਦਾ ਸੀਸ ਫੂਲ ਲੱਕ ਸੋਨੇ ਦੀ ਤਗੜੀ ਤੇ ਪੈਰਾਂ ਵਿੱਚ ਸੋਨੇ ਦਾ ਬਿਚੂਆ ਪਾ ਕੇ ਉਹਦੀ ਠਕੁਰਾਇਣ ਬੈਠੀ ਹੋਈ ਸੀ ठाकुर ਤੇ ਠਕੁਰਾਇਣ ਦਾ ਉਮਰ ਭਾਵੇਂ ਹੁਣ ਤਲਵੇਂ ਰਾਹ ਤੇ ਸੀ ਪਰ ਧਨਮਾਨ ਵੱਲੋਂ ਦੋਵੇਂ ਚੜਵੇਂ ਰਾਤੇ ਸਨ ਠਾਕੁਰ ਪ੍ਰithvi ਸਿੰਘ ਭਾਵੇਂ ਮਾਨਿਕਪੁਰ ਦੀ ਦਾ ਠਾਕੂਰੀ ਖਵਾਉਂਦਾ ਸੀ ਪਰ ਪੂਰੇ ਪਿੰਜ ਪੂਰੇ ਪੰਜ ਪਿੰਡ ਉਹਦੀ ਤਾਬੇਦਾਰੀ 'ਚ ਸਨ ਠਕੁਰਾਇਣ ਦੇ ਦਾਜ ਵਿੱਚ ਹੀ ਦੋ ਪਿੰਡ ਮਿਲੇ ਸਨ ਹਰਫਰੀ ਤੇ ਸਹਿਸਪੁਰ ਸੋਰਲਾ ਕੇ ਪੂਰੇ ਸੱਤ ਪਿੰਡ ਉਹਨਾਂ ਦੇ ਹੁਕਮ 'ਚ ਬੰਨੇ ਹੋਏ ਸਨ ਇਹ ਸੋਹਰੇ ਸ਼ਰੀਕ ਦਾ ਵਿਆਹ ਉਸ ਹਰਫਰੀ ਪਿੰਡ ਵਿੱਚ ਸੀ ਜੋ ਠਕਰਾਇਣ ਦੇ ਦਾਜ ਦਾ ਪਿੰਡ ਸੀ ਇਹ ਮਾਨਿਕਪੁਰ ਤੋਂ ਝੋਖਾ ਦੂਰ ਪੈਂਦਾ ਸੀ ਇਸ ਲਈ ਬਰੇ ਲੰਗ ਜਾਂਦੇ ਸਨ ਕਦੇ ਜਾ ਨਹੀਂ ਸੀ ਹੁੰਦਾ ਤੇ ਅੱਜ ਦਾ ਵੇਲਾ ਸਿਰਫ ਵਿਆਹ ਪੂਰਨ ਦਾ ਵੇਲਾ ਨਹੀਂ ਸੀ ਠਾਕੁਰ ਤੇ ਠਕਰਾਇਣ ਲਈ ਆਪਣੀ ਰਿਆਆ ਨੂੰ ਆਪਣਾ ਧਨ ਮਾਨ ਵਿਖਾਉਣ ਦਾ ਵੇਲਾ ਵੀ ਸੀ ਨਾਲੇ ਹੁਣ ਪੁੱਤਰ ਜਵਾਨ ਹੋ ਗਏ ਸਨ ਰਿਆਆ ਦੇ ਅਗਲੇ ਮਾਲਕ ਉਹਨਾਂ ਦੀ ਸ਼ਕਲ ਤੇ ਜਵਾਨੀ ਵੀ ਸੋਨੇ ਦੀਆਂ ਮੋਹਰਾਂ ਵਰਗੀ ਸੀ ਜਿਹੜਾ ਦਬਕਾ ਰਿਆ ਆ ਉੱਤੇ ਪੈਣਾ ਜ਼ਰੂਰੀ ਸੀ ਵੱਡਾ ਮਲਖਾਨ ਸਿੰਘ ਭਾਵੇਂ ਪਿਓ ਦੇ ਗੁਣਾ ਉੱਤੇ ਨਹੀਂ ਸੀ ਗਿਆ ਨੀਵੀਂ ਅੱਖ ਦਾ ਤੇ ਧੀਮੀ ਸੁਭਾ ਦਾ ਹੋਣ ਕਾਰਨ ਉਹਦੀ ਅਲ ਪੱਕਦੀ ਜਾਂਦੀ ਸੀ ਸਾਧੂ ਮਲਖਾਨ ਸਿੰਘ ਪਰ ਛੋਟਾ ਚੰਦਨ ਸਿੰਘ ਪਿਓ ਤੋਂ ਵੀ ਸੱਤ ਸਵਾਇਆ ਨਿਕਲਦਾ ਪਿਆ ਸੀ ਉਹ ਜਦੋਂ ਬੰਦੂਕ ਫੜ ਕੇ ਸ਼ਿਕਾਰ ਚੜਦਾ ਸੀ ਨਦੀਆਂ ਦੇ ਕੰਡੇ ਤੇ ਰੁੱਖਾਂ ਬੇਲਿਆਂ ਦੀ ਛਾਤੀ ਉੱਤੇ ਜਿਵੇਂ ਸ਼ੇਰ ਦੀ ਗਰਜ ਚੜਦੀ ਸੀ ਲੋਕ ਖੁਣੇ ਤੋਂ ਨੂੰ ਕਮਰ ਸਾਹਿਬ ਬੁਲਾਉਣ ਲੱਗ ਪਏ ਸਨ ਇਸ ਵੇਲੇ ਵੀ ਮਲਖਾਨ ਸਿੰਘ ਠਾਕੁਰਾਣ ਮਾਂ ਦੀ ਰਾਖੀ ਲਈ ਪਾਲਕੀ 'ਚ ਬੈਠਾ ਹੋਇਆ ਸੀ ਪਰ ਛੋਟੇ ਚੰਦਨ ਸਿੰਘ ਨੇ ਹੱਥ ਵਿੱਚ ਬੰਦੂਕ ਫੜ ਕੇ ਆਪਣੇ ਲਈ ਫਿਰਕ ਜਤਵਾਈ ਸੀ ਰੱਥ ਗੋਲ ਛੱਤ ਦਾ ਹੁੰਦਾ ਹੈ ਰੱਬਾ ਚੌਰਸ ਛੱਤ ਦਾ ਪਰ ਫਿਰਕ ਖੁੱਲੀ ਛੱਤ ਦੀ ਚੰਦਨ ਸਿੰਘ ਨੂੰ ਆਪਣੀ ਬੰਦੂਕ ਦੇ ਸਿਰ ਉੱਤੇ ਛੱਤ ਨਹੀਂ ਚਾਹੀਦੀ ਇਸ ਲਈ ਫਿਰਕ 'ਚ ਬੈਠੇ ਚੰਦਨ ਸਿੰਘ ਦੀ ਫਬ ਰਥ ਦੇ ਰੱਬੇ ਨਾਲੋਂ ਵੀ ਵੱਖਰੀ ਸੀ ਦੁਸ਼ਾਲਿਆਂ ਵਾਲਾ ਰੱਬ ਤੇ ਚਾਂਦੀ ਦੇ ਛੱਬਿਆਂ ਵਾਲਾ ਰੱਬਾ ਭਾਵੇਂ ਲੋਕਾਂ ਦੀਆਂ ਅੱਖਾਂ ਚੁੰਧਿਆਉਂਦੇ ਸਨ ਪਰ ਉਹਨਾਂ ਦੀਆਂ ਅੱਖਾਂ 'ਚ ਭੈ ਦੀ ਸਲਾਈ ਪਾਉਣ ਵਾਲੀ ਸਿਰਫ ਚੰਦਨ ਸਿੰਘ ਦੀ ਫਿਰਕ ਸੀ ਪਿੱਛੇ-ਪਿੱਛੇ ਬੈਲ ਗੱਡੀਆਂ ਸਨ ਸੰਦੂਕਾਂ ਨਾਲ ਭਰੀਆਂ ਹੋਈਆਂ ਤੇ ਸਾਰਿਆਂ ਤੋਂ ਪਿੱਛੋਂ ਹੰਸਾ ਮੋਤੀ ਦੋ ਘੋੜੇ ਸਨ ਜੋ ਮਲਖਾਨ ਦੇ ਚੰਦਨ ਦੇ ਦੁੱਧ ਘਿਓ ਨਾਲ ਪਾਲੇ ਹੋਏ ਘੋੜੇ ਸਨ ਐਸ ਵੇਲੇ ਸਾਈਸਾਂ ਦੇ ਹੱਥ ਸਨ ਪਰ ਪਿੰਡ ਦੀ ਰਿਆਆ ਵਿੱਚ ਤੁਰਨ ਲਈ ਇਹ ਮਲਖਾਨ ਦੇ ਤੇ ਚੰਦਰ ਨੂੰ ਜ਼ਰੂਰ ਚਾਹੀਦੇ ਸਨ ਚੱਕਰਾਂ ਤੇ ਸਾਈਸਾਂ ਰਥਵਾਨਾਂ ਲਈ ਵੀ ਇਹ ਮੜਕ ਕੇ ਤੁਰਨ ਦਾ ਵੇਲਾ ਸੀ ਉਹਨਾਂ ਦੀਆਂ ਸੰਧੂਰੀ ਪੱਗਾਂ ਨੂੰ ਲੱਗਾ ਅਬਰਕ ਸੱਚੀ ਮੁੱਚੀ ਤਾਰਿਆਂ ਵਾਂਗ ਲਿਸ਼ਕੋਟਿਆ ਸੀ ਜਦੋਂ ਇੱਕ ਪਿੰਡ ਕੋਲੋਂ ਉਹਨਾਂ ਦਾ ਲਾਹੌ ਲਸ਼ਕਰ ਲੰਘਿਆ ਉਸਨ ਪਿੰਡ ਵਿੱਚ 65 ਲੱਗੀ ਹੋਣ ਕਰਕੇ ਉਸ ਸਤਵਾਰੀ ਬਾਜ਼ਾਰ ਵਿੱਚੋਂ ਛਾਪ ਛੱਲੇ ਕੱਚ ਦੀਆਂ ਵੰਗਾ ਤੇ ਖੁਸ਼ਬੂਦਾਰ ਸਾਬਣ ਦੀਆਂ ਗਾਜੀਆਂ ਖਰੀਦਦੀਆਂ ਮੁਟਿਆਰਾਂ 65 ਨੂੰ ਛੱਡ ਕੇ ਧਮਕ ਨੂੰ ਵੇਖਣ ਆ ਜੁੜੀਆਂ ਧੁੱਪ ਦਾ ਲਸ਼ਕਰ ਉੰਜ ਹੀ ਬੜਾ ਸੀ ਪਰ ਖੁੱਲੀ ਫਿਰਕ ਵਿੱਚ ਬੈਠੇ ਚੰਦਨ ਦੇ ਗੋਰੇ ਮੱਥੇ ਉੱਤੇ ਜਿਵੇਂ ਸੂਰਜ ਹੀ ਚੜਿਆ ਹੋਇਆ ਸੀ ਮੁਟਿਆਰਾਂ ਦੇ ਪੱਲਿਆਂ ਦੀ ਚੂਕ ਨਾਲ ਟਕੇ ਅੱਧੇ ਮੂੰਹ ਜਿਵੇਂ ਚੰਦਨ ਵੱਲ ਵੇਖ-ਵੇਖ ਉਂਗਲਾਂ ਟੁੱਕਦੇ ਪਏ ਸਨ ਪਰ ਕੋਈ ਨਹੀਂ ਜਾਣਦਾ ਹਰਫਰੀ ਪਿੰਡ ਦੀ ਇੱਕ ਰੱਖ ਵਿੱਚ ਕੁੜੀਆਂ ਨਾਲ ਰਲ ਕੇ ਪਿੰਗ ਝੂਟ ਦੀ ਬੇਣੂ ਨੇ ਜਦੋਂ ਇਸ ਲਾਉ ਲਸ਼ਕਰ ਨੂੰ ਲੰਘਦਿਆਂ ਵੇਖਿਆ ਚੰਦਨ ਸਿੰਘ ਨੂੰ ਵੇਖ ਕੇ ਉਹਦੀ ਜਿਵੇਂ ਜੀਭ ਟੁੱਕੀ ਗਈ ਬੇਣੂ ਨੇ ਜਿਵੇਂ ਕਿਸੇ ਪਰਿ ਕਹਾਣੀ ਦਾ ਸ਼ਹਿਜ਼ਾਦਾ ਵੇਖਿਆ ਹੋਵੇ ਇੱਕ ਘੜੀ ਬੇਣੂ ਨੂੰ ਜਾਪਿਆ ਜਿਵੇਂ ਉਹਦੀ ਸਹੇਲੀ ਪਿੰਗ ਅਸਮਾਨੇ ਜਾ ਚੜੀ ਹੋਵੇ ਤੇ ਦੂਜੀ ਘੜੀ ਉਹਨੂੰ ਜਾਪਿਆ ਜਿਵੇਂ ਉਹ ਧਰਤੀ 'ਚ ਗੱਡੀ ਗਈ ਹੋਵੇ ਬੇਣੂ ਦੀ ਪਿੰਗ ਨੂੰ ਝੂਟਾ ਦਿੰਦੀ ਉਹਦੀ ਸਹੇਲੀ ਲੌਂਗਵਤੀ ਬੇਣੂ ਦੇ ਮੂੰਹ ਹਲ ਤੱਕ ਦੀ ਰਹਿ ਗਈ। ਲਸ਼ਕਰੋਂ ਨੇ ਵੀ ਵੇਖਿਆ ਸੀ ਤੇ ਇੰਨਾ ਕੁ ਸੁਣਿਆ ਵੀ ਹੋਇਆ ਸੀ ਕਿ ਮਾਨਕਪੁਰ ਦੇ ਠਾਕੁਰ ਜੋ ਵਿਆਹ ਤੇ ਆਉਣ ਵਾਲੇ ਹਨ ਉਹਨਾਂ ਦੇ ਵੀ ਸ਼ਰੀਕੇ ਚੋਂ ਹਨ ਤੇ ਠੁਕਰਾਉਣ ਵਾਲੇ ਪਾਸਿਓਂ ਪਰ ਜਿਹੜੇ ਮਲਖਾਨ ਤੇ ਚੰਦਰ ਨੂੰ ਉਹਨੇ ਛੋਟਿਆ ਹੁੰਦਿਆਂ ਵੇਖਿਆ ਸੀ ਉਹਨਾਂ ਨੂੰ ਹੁਣ ਪਛਾਣ ਨਹੀਂ ਸੀ ਸਕਦੀ। ਤੇ ਬੇਣੂ ਦੇ ਮੂੰਹ ਤੇ ਜਦੋਂ ਪਿਲੱਤਣ ਫਿਰ ਗਈ ਲੌਂਗਵਤੀ ਨੇ ਉਹਨੂੰ ਕੱਜੀ ਹੋਈ ਚੁੰਡੀ ਭਰੀ ਪਿੰਗ ਨੂੰ ਝੂਟਾ ਦਿੰਦੀ ਗਉਣ ਲੱਗ ਪਈ ਕੇ ਰਾਈ ਸਾਵਨ ਕੀ ਬਦਰੀਆ ਰੇਸ਼ਮ ਕੀ ਡੋਰੀ ਬਾਂਧ ਦੇ ਸੰਵਰੀਆ ਪਰ ਚੰਦਨ ਦੀ ਫਿਰ ਕੱਗੇ ਲੰਘ ਗਈ ਸੀ ਉਹਨੇ ਅਜੇ ਬੇਣੂ ਨੂੰ ਵੇਖਿਆ ਨਹੀਂ ਸੀ ਤੇ ਨਾ ਹੀ ਰੇਸ਼ਮ ਦੀ ਡੋਰੀ ਬੰਨਣ ਲਈ ਉਹਦੇ ਹੱਥਾਂ ਵਿੱਚ ਕਲਵਲ ਹੋਈ ਸੀ ਤੇ ਨਾ ਹੀ ਰੇਸ਼ਮ ਦੀ ਡੋਰੀ ਬੰਨਣ ਲਈ ਉਹਦੇ ਹੱਥਾਂ 'ਚ ਕਲਵਲ ਹੋਈ ਸੀ ਤੇ ਬੇਣੂ ਜਿਨੇ ਪਿੰਗ ਦੇ ਮੋٹے ਰੱਸੀ ਨੂੰ ਹੱਥ ਪਾਏ ਹੋਏ ਸਨ ਤਲੀਆਂ ਨੂੰ ਮਲਦੀ ਆਪਣੇ ਹੱਥਾਂ ਨੂੰ ਇੰਜ ਵੇਖਣ ਲੱਗ ਪਈ ਜਿਵੇਂ ਕੋਈ ਛਿਲ ਤਰਾਇ ਕੋ ਵਰਗੀ ਉਹਦੇ ਹੱਥਾਂ ਚੋਂ ਲਹਿ ਗਈਆਂ ਹੋਣ ਸਭ ਜਾਣਦੇ ਹਨ ਪਿੰਡ ਵਿੱਚ ਜਨਵਾਸਾ ਸਜਿਆ ਹੋਇਆ ਸੀ ਠਾਕੁਰ ਪ੍ਰithvi ਸਿੰਘ ਦਾ ਉਤਾਰਾ ਪਿੰਡ ਦੀ ਪੱਕੇ ਚਬੂਤਰਿਆਂ ਵਾਲੀ ਹਵੇਲੀ 'ਚ ਹੋਇਆ ਜਨਵਾਸੇ ਦੇ ਰਾਹ ਉੱਤੇ ਵੀ ਪਾਣੀ ਛਿੜਕਿਆ ਜਾ ਰਿਹਾ ਸੀ ਤੇ ਪੱਕੀ ਹਵੇਲੀ ਦੇ ਰਾਹ ਉੱਤੇ ਵੀ ਜਿਵੇਂ ਪਿੰਡ 'ਚ ਦੋ ਜੰਜਾਂ ਉਤਰੀਆਂ ਹੋਣ ਪੰਜ ਦਿਨ ਜੰਝ ਠਹਿਰਨੀ ਸੀ ਇਸ ਲਈ ਤੀਵੀਆਂ ਨੇ ਪੰਜ ਦਿਨ ਬੜਹਾਰ ਗਾਉਣੀ ਸੀ ਪਰ ਪਰ ਠਾਕੁਰ ਪ੍ਰithvi ਸਿੰਘ ਦੇ ਆਉਣ ਨਾਲ ਉੱਚੇ ਚਾਂ ਨਟਣੀਆਂ ਬੁਲਾਈਆਂ ਗਈਆਂ ਹਵੇਲੀ 'ਚ ਕਦੇ ਰੂਪੋਸ਼ ਦਾ ਕਿੱਸਾ ਗਾਵਿਆ ਜਾਂਦਾ ਕਦੇ ਅਮਰ ਸਿੰਘ ਰਠੌਰ ਦਾ ਤੇ ਕਦੇ ਆਲਾ ਉਦਲ ਨਕਲਚੀਆਂ ਤੇ ਬੇੜਨੀਆਂ ਦਾ ਮੁਕਾਬਲਾ ਵੀ ਧਰਿਆ ਗਿਆ ਸੀ ਤੇ ਫਿਰ ਸ਼ਰੀਕੇ ਦੇ ਠਾਕੁਰ ਜੰਗੀ ਸਿੰਘ ਨੇ ਜਿਹਦੇ ਘਰ ਵਿਆਹ ਤਰਿਆ ਸੀ ਠਾਕੁਰ ਪਿਥਵੀ ਸਿੰਘ ਸਿੰਘ ਦੀ ਖਾਤਰਦਾਰੀ ਲਈ ਉੱਚੇ ਚਾ ਰੇਸ਼ਮ ਚੰ다 ਨਾਂ ਦੀ ਉਸ ਨਾਚੀ ਨੂੰ ਬੁਲਵਾਇਆ ਜਿਹਦੀ ਆਵਾਜ਼ ਦੀਆਂ ਤੁਮਾਂ ਸੁਣੀਆਂ ਹੋਈਆਂ ਸਨ ਕਹਿੰਦੇ ਸਨ ਜਿਹਦਾ ਨਾਜ਼ ਨਖਰਾ ਕਾਤੀ ਵਾਂਗ ਸੀਨੇ 'ਚ ਲੈਂਦਾ ਸੀ ਤੇ ਸਭ ਜਾਣਦੇ ਸਨ ਜਦੋਂ ਰੇਸ਼ਮ ਚੰਦਾ ਨੇ ਹਰੇ ਛੋਲिए ਰੰਗ ਦੇ ਰੇਸ਼ਮੀ ਦੁਪੱਟੇ ਨੂੰ ਗਲ 'ਚ ਪਾ ਕੇ ਨੱਚਦੀ ਫੇਰੀ ਲਾਈ ਤੇ ਠਾਕੁਰ ਪਿਥਵੀ ਸਿੰਘ ਦੇ ਅੱਗੇ ਬੈਂਤ ਵੰਗ ਦੂਰੀ ਹੁੰਦੀ ਨੇ ਗੀਤ ਦੇ ਬੋਲ ਚੁੱਕੇ ਪਿਛਵਾਰੇ ਸੇ ਬੋਲ ਸੁਣਾਈ ਰਸਿਆ ਮੈਂ ਤੋ ਅਧਿਰ ਧਰੀ ਪਲਗਾ ਪੈ ਤਾਂ ਠਾਕੁਰ ਪ੍ਰithvi ਸਿੰਘ ਦੇ ਪਿੰਡੇ ਚ ਵਿਆਕੁਲਤਾ ਲਹਿ ਗਈ ਰੇਸ਼ਮ ਚੰਦਾ ਦੇ ਨੱਕ ਚ ਪਾਈ ਹੋਈ ਵਿੱਚ ਪਈ ਹੋਈ ਹੀਰੇ ਦੀ ਢਿੱਲੀ ਦੀ ਲਿਸ਼ਕਾਰ ਗੈਸਾਂ ਦੀ ਰੋਸ਼ਨੀ ਨੂੰ ਮਠਿਆ ਪਾ ਗਈ ਠਾਕੁਰ ਪ੍ਰithvi ਸਿੰਘ ਦੀ ਅੱਖ ਕਿਲੀ ਗਈ ਉਹ ਗੌਂਦੀ ਪਈ ਸੀ ਜਦ ਮੋਰੋ ਰਸੀਆ ਚੌਕਟ ਆਇਓ ਭੂਕ ਪੜੀ ਬੈਰਨ ਕੁੱਤੀਆ ਜਦ ਮੋਰੋ ਰਸੀਆ ਸੇਜਨ ਆਇਓ ਟੂਟ ਪਈ ਬੈਰਨ ਖਟਿਆ ਤੇ ਸਭ ਜਾਣਦੇ ਹਨ ਠਾਕੁਰ ਪ੍ਰithvi ਸਿੰਘ ਨੇ ਉਸ ਵੇਲੇ ਆਪਣੇ ਇੱਕ ਵਿਸ਼ਵਾਸੀ ਕਰਨਦੇ ਦੇ ਕੰਨ ਚ ਕੁਝ ਗਿਆ ਸੀ ਹਵੇਲੀ ਵਿੱਚ ਤਾਂ ਜਿਵੇਂ ਪਿੰਡ ਜੁੜਿਆ ਹੋਇਆ ਸੀ ਸਾਰੇ ਬੈਰਨ ਕੁੱਤੀਆ ਜਾਈ ਤੇ ਠਾਕੁਰ ਪ੍ਰithvi ਸਿੰਘ ਇਸ ਵੇਲੇ ਰੇਸ਼ਮ ਚੰਦਾ ਦੀ ਚੌਕਟ ਤੇ ਨਹੀਂ ਸੀ ਜਾ ਸਕਦਾ ਸਾਰੇ ਬੈਰਨ ਕੁੱਤੀਆ ਜਏ ਤੇ ਠਾਕੁਰ ਪ੍ਰithvi ਸਿੰਘ ਇਸ ਵੇਲੇ ਰੇਸ਼ਮ ਚੰਦਾ ਦੀ ਚੌਕਟ ਤੇ ਨਹੀਂ ਸੀ ਜਾ ਸਕਦਾ ਪਰ ਸਿਆਣਿਆਂ ਦੀ ਅੱਖ ਨੇ ਤਾੜ ਲਿਆ ਸੀ ਕਿ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਠਾਕੁਰ ਪ੍ਰithvi ਸਿੰਘ ਨੇ ਰੇਸ਼ਮ ਚੰਦਾ ਦੀ ਚੌਕਟ ਤੇ ਜ਼ਰੂਰ ਚੜਨਾ ਸੀ ਪਰ ਕੋਈ ਨਹੀਂ ਜਾਣਦਾ ਲੌਂਗਵਤੀ ਨੇ ਠਕਰਾਇਣ ਨਾਲ ਸ਼ਰੀਕੇ ਦਾ ਜੋੜ ਤੋੜ ਤਾਂ ਲਾਈ ਲਿਆ ਸੀ ਬੇਣੂ ਦੀ ਖਾਤਰ ਉਹਨੇ ਸ਼ਰੀਕੇ ਚ ਭਰਾ ਲੱਗਦੇ ਚੰਦਨ ਸਿੰਘ ਨਾਲ ਵੀ ਬੋਲਚਾਲ ਗੰਢ ਲਿਆ ਸੀ ਤੇ ਅੱਜੇ ਪੱਜੇ ਚੰਦਨ ਸਿੰਘ ਦੀਆਂ ਅੱਖਾਂ ਚ ਬੇਣੂ ਦੀ ਲਿਸ਼ਕ ਪਵਾ ਦਿੱਤੀ ਸੀ ਪਰ ਚੰਦਨ ਸਿੰਘ ਜਦੋਂ ਬੇਣੂ ਨਾਲ ਗੱਲ ਕਰਨ ਲਈ ਆਉਲਿਆ ਸੀ ਲੌਂਗਵੰਤੀ ਨੇ ਲੌਂਗਵੰਤੀ ਨੇ ਬੇਣੂ ਨੂੰ ਪਿੱਛਾਂ ਖਿੱਚ ਲਿਆ ਸੀ ਲੌਂਗਵੰਤੀ ਵਿਆਹੀ ਵਰੀ ਸੀ ਬੇਣੂ ਨਾਲੋਂ ਢਾਈ ਵਰੇ ਵੱਡੀ ਪਰ ਇਹ ਛੋਟੇ ਜਿਹੇ ਢਾਈ ਵਰੇ ਉਹਨੂੰ ਬੇਣੂ ਨਾਲੋਂ ਕਿਤੇ ਵੱਧ ਹੰਢੀ ਵਰਤੀ ਕਰ ਗਏ ਸਨ ਉਨੇ ਚੰਦਨ ਸਿੰਘ ਦੇ ਚੰਚਲ ਹੁੰਦੇ ਮਨ ਨੂੰ ਵੇਖ ਲਿਆ ਸੀ ਪਰ ਉਹ ਕਾਤੀ ਨੂੰ ਦੁੱਸਰ ਨਹੀਂ ਸੀ ਕਰਨਾ ਚਾਹੁੰਦੀ ਚੰਦਨ ਸਧਾਰਨ ਕਰਦਾ ਹੁੰਦਾ ਹੋਰ ਗੱਲ ਸੀ ਪਰ ਉਹ ਕੋਵਰ ਚੰਦਨ ਸਿੰਘ ਸੀ ਪਰ ਉਹ ਕੋਵਰ ਚੰਦਨ ਸਿੰਘ ਸੀ ਸਧਾਰਨ ਜਵਾਨੀ ਇੱਕੋ ਰਾਹ ਤੇ ਪੈਰ ਧਰਦੀ ਹੈ ਪਰ ਅਮੀਰ ਜ਼ਾਦੀਆਂ ਦੀ ਜਵਾਨੀ ਇੱਕੋ ਪੈਰ ਨੂੰ ਸੱਤ ਰਾਹਾਂ ਤੇ ਰੱਖਦੀ ਹੈ ਤੇ ਉੰਜ ਵੀ ਲੌਂਗਵਤੀ ਸੋਚਦੀ ਸੀ ਕਿਸੇ ਜ਼ਖਮ ਦੀ ਏਡੀ ਪੀੜ ਨਹੀਂ ਹੁੰਦੀ ਜਿ ਡਿਪ ਪੜੇ ਹੋਏ ਕੰਡੇ ਦੀ ਤੇ ਫਿਰ ਜਦੋਂ ਇੱਕ ਦੁਪਹਿਰੇ ਜੰਝ ਰੋਟੀ ਖਾਣ ਬੈਠੀ ਸੀ ਤੀਵੀਆਂ ਗੌਰ ਰਹੀਆਂ ਸਨ ਅਬ ਤੋਂ ਬੈਠ ਗਈ ਜਿਉ ਨਾਰਜਨਕਪੁਰੀ ਕੇ ਅੰਗਣਾ ਤੇ ਚੰਦਨ ਸਿੰਘ ਨੇ ਲੌਂਗਵਤੀ ਦਾ ਪੱਲਾ ਖਿੱਚ ਕੇ ਉਹਨੂੰ ਕਨਾਤ ਦੇ ਉਲੇ ਕਰਕੇ ਪੁੱਛਿਆ ਸੀ ਉਹ ਕਿੱਥੇ ਵੇ ਤੇ ਲੌਂਗਵਤੀ ਨੇ ਹੋਠਾਂ ਦੇ ਹਾਸੇ ਨੂੰ ਕੱਜਵਲੇ ਇਕਟਕੇ ਅੱਗੋਂ ਪੁੱਛਿਆ ਸੀ ਉਹ ਕੌਣ ਪਰ ਸਵਾਲਾਂ ਦੀ ਲੰਬੀ ਖੇਡ ਖੇਡਣ ਦਾ ਵੇਲਾ ਨਹੀਂ ਸੀ ਚੰਦਨ ਸਿੰਘ ਦੇ ਪੋਤੇ ਚ ਪੁੜਿਆ ਹੋਇਆ ਕੰਡਾ ਉਹਦੇ ਸਾਰੇ ਹੱਥ ਨੂੰ ਤੜਫਾ ਆ ਗਿਆ ਸ਼ਰੀਕੇ ਦੀ ਭੈਣ ਨਹੀਂ ਧਰਮ ਦੀ ਭੈਣ ਬਣਾ ਲਾਂਗਾ ਤੈਨੂੰ ਉਹਨੂੰ ਬੁਲਾ ਦੇ ਲੌਂਗਵਤੀ ਨੇ ਫਿਰ ਚੰਦਨ ਸਿੰਘ ਦੇ ਮਨ ਨੂੰ ਟੋਹਦੇ ਆਖਿਆ ਕਵਰ ਸਾਹਿਬ ਤੂੰ ਸੱਤਾ ਪਿੰਡਾਂ ਦਾ ਮਾਲਕ ਜਾ ਕੇ ਦਹੀਂ ਬੂਰਾ ਖਾ ਤੇਰੇ ਕੋਲੋਂ ਇੱਕ ਗੈਂਚਣੀ ਦੀ ਤੇ 베ਜੜ ਦੀ ਰੋਟੀ ਨਹੀਂ ਖਾਦੀ ਜਾਣੀ ਚੰਦਨ ਸਿੰਘ ਦੀ ਕਾਠੀ ਉਸ ਵੇਲੇ ਕਨਾਤ ਦੀ ਕੰਧ ਵਾਂਗ ਕੰਬ ਗਈ ਸੀ ਆਪਣਾ ਪੈਰ ਉਹਨੇ ਕਨਾਤ ਦੇ ਡੰਡੇ ਵਾਂਗ ਜ਼ਮੀਨ 'ਚ ਗੱਡਦਿਆਂ ਕਿਹਾ ਸੀ ਗੈਂਚਣੀ ਦੀ ਰੋਟੀ ਕੀ ਹੁੰਦੀ ਹੈ? ਗੇਹੂ ਤੇ ਚਨੇ ਦੀ ਤੇ ਬੇਝੜ, ਜੋਆਂ ਤੇ ਮਟਰਾਂ ਦੀ ਸੌਂ ਖਾਣਾ ਵਾ। ਅੱਜ ਤੋਂ ਉਦਾਂ ਹੀ ਬੂਰਾ ਮੂੰਹ ਨਹੀਂ ਲਾਵਾਂਗਾ। ਹੁਣ ਅੱਗੋਂ ਤੇਰੀ ਮਰਜ਼ੀ। ਚਾਹੇ ਭੁੱਖਿਆ ਮਾਰਦੇ ਤੇ ਚਾਹੇ ਲੌਂਗਵਤੀ ਸਿਰਫ ਹਾਲ ਦੀ ਘੜੀ ਦਾ ਨਹੀਂ ਸੀ ਸੋਚਦੀ ਪਈ। ਉਹ ਦੂਰ ਦੀਆਂ ਪੱਕੀਆਂ ਪਕਾਉਂਦੀ ਪਈ ਸੀ। ਆਖਣ ਲੱਗੀ ਤੁਹਾਡੇ ਲੋਕਾਂ ਦੀਆਂ ਖੇਡਾਂ ਨਿਆਰੀਆਂ ਹੁੰਦੀਆਂ ਨੇ ਕੁਵਰ ਸਾਹਿਬ। ਵੱਡੇ ਠਾਕਰ ਨੂੰ ਹੱਥ ਲਾਇਆ ਮੈਲੀ ਹੁੰਦੀ ਠਾਕਰਾਣ ਮਿਲੀ ਪਰ ਤਾਂ ਵੀ ਸੁਣਿਆ ਉਹਨਾਂ ਦੀਆਂ ਰਖੇਲਾਂ ਦਾ ਅੰਤ ਨਹੀਂ ਤੇ ਹੁਣ ਸੁਣਿਆ ਉਹਨਾਂ ਨੇ ਰੇਸ਼ਮਾ ਚੰ다 ਨੂੰ ਆਪਣੇ ਮਾਨਕਪੁਰਾਣ ਦੀ ਸਾਈ ਦਿੱਤੀ ਏ ਇਹ ਗੱਲ ਲੌਂਗ ਬਤੀ ਦੀ ਥਾਂ ਕਿਸੇ ਹੋਰ ਨੇ ਹੋਰ ਦੇ ਮੂੰਹ ਨਿਕਲੀ ਹੁੰਦੀ ਤਾਂ ਚੰਦਨ ਸਿੰਘ ਨੂੰ ਜਾਪਿਆ ਉਹ ਖੋਰੇ ਬੰਦੂਕ ਤਾਣ ਲੈਂਦਾ ਪਰ ਇਸ ਵੇਲੇ ਜਿਵੇਂ ਉਹਦੀ ਆਪਣੀ ਬੰਦੂਕ ਦਾ ਮੂੰਹ ਉਹਦੀ ਆਪਣੀ ਛਾਤੀ ਵੱਲ ਸੀ ਤੇ ਹੱਥਾਂ ਚੋਂ ਦੀ ਮੂੰਹ ਮੋੜਨ ਦੀ ਅੰਗਸ ਨਹੀਂ ਸੀ ਅੱਖਾਂ ਨੀਵੀਆਂ ਪਾਈ ਆਖਣ ਲੱਗਾ ਮੌਆ ਨਦੀ ਇੱਥੋਂ ਕਿੰਨੀ ਦੂਰ ਪੈਂਦੀ ਏ ਲੌਂਗਵਤੀ ਨੇ ਅਜੇ ਜਵਾਬ ਨਹੀਂ ਸੀ ਦਿੱਤਾ ਚੰਦਨ ਕਹਿਣ ਲੱਗਾ ਉਹਦਾ ਜਲ ਗੰਗਾ ਜਿਹਾ ਪਵਿੱਤਰ ਏ ਚੱਲ ਉੱਥੇ ਲਿਜਾ ਕੇ ਉਹਦੇ ਪਾਣੀ ਦੀ ਸੌਂਖ ਖਵਾ ਲੈ ਲੌਂਗਵਤੀ ਨੇ ਫਿਰ ਗੱਲ ਮੋੜੀ ਸੁਣਿਆ ਕਵਰ ਸਾਹਿਬ ਤੂੰ ਮਗਰ ਦਾ ਸ਼ਿਕਾਰ ਵੀ ਕਰ ਸਕਦਾ ਹੈ 10 ਫੁੱਟ ਦੇ ਮਗਰ ਦਾ ਸ਼ਿਕਾਰ ਤਾਂ ਸੁਣਿਆ ਵੇਖਿਆ ਪਰ ਲੋਕ ਕਹਿੰਦੇ ਨੇ ਤੂੰ 17 ਫੁੱਟ ਦੇ ਮੁਹਾਰੀ ਮਗਰ ਦਾ ਸ਼ਿਕਾਰ ਕੀਤਾ ਹੈ ਤੇ ਉਹਦੀ ਖੱਲ ਤੁਹਾਡੀ ਮਾਨਕਪੁਰ ਦੀ ਹਵੇਲੀ ਦੀ ਕੰਧ ਉਤੇ ਟੰਗੀ ਹੋਈ ਏ। ਚੰਦਨ ਸਿੰਘ ਲੌਂਗਵਤੀ ਦੀਆਂ ਲੰਬੀਆਂ ਗੱਲਾਂ ਤੋਂ ਥੱਕ ਲੱਥਾ ਕਹਿਣ ਲੱਗਾ ਪਰ ਅੱਜ ਮਗਰ ਦਾ ਸ਼ਿਕਾਰ ਤੂੰ ਕਰਨੀ ਪਈਂ। ਮੇਰੀ ਖੱਲ ਲਾ ਕੇ ਕਿਹੜੀ ਟੰਗ ਕਿਹੜੀ ਕੰਧ ਉਤੇ ਟੰਗਣੀ? ਲੌਂਗਵਤੀ ਸਿਰ ਦੇ ਪੱਲੇ ਨੂੰ ਦੰਦਾਂ 'ਚ ਲੈ ਕੇ ਹੱਸ ਕੇ ਕਹਿਣ ਲੱਗੀ, "ਉਸ ਤੇਰੀ ਕੁਝ ਲਗਦੀ ਦੀ ਜਦੋਂ ਡੋਲੀ ਤੁਰੇਗੀ, ਉਹਨੂੰ ਦਾਤਛ ਦੇਾਂਗੇ।" ਚੰਦਨ ਸਿੰਘ ਗੰਭੀਰ ਹੋ ਗਿਆ ਕਹਿਣ ਲੱਗਾ, "ਪਰ ਉਹਦੀ ਡੋਲੀ ਤਾਂ ਮੇਰੇ ਘਰ ਆਏਗੀ।" ਲੌਂਗਵਤੀ ਨੂੰ ਵੀ ਉਸ ਘੜੀ ਜਾਪਿਆ ਸ਼ਾਇਦਨ ਹੋਣੀ ਹੋਣੀ ਹੋ ਜਾਏ ਤੇ ਮਨ ਦਾ ਸੰਸਮਟਾਉਣ ਲਈ ਪੁੱਛਣ ਲੱਗੀ ਠਾਕੁਰੋ ਕੇ ਖੱਤਰੀਆਂ ਦੇ ਬੂਏ ਵਿਆਹਣ ਆਏਗਾ ਚੰਦਨ ਸਿੰਘ ਤੱਤੇ ਤਾਂ ਕਹਿ ਉਠਿਆ ਉਹ ਅਹੀ ਰਣਚ ਮਿਆਰਣ ਹੋਵੇ ਤਾਂ ਵੀ ਆਵਾਂਗਾ ਤੇ ਲੌਂਗਵਤੀ ਨੇ ਹਾਮੀ ਭਰੀ ਚੰਗਾ ਫਿਰ ਜ਼ਰਾ ਕੁ ਧੁੱਪ ਢਲੇ ਪਿੰਡੋਂ ਬਾਹਰਲੀ ਅੰਬਾਂ ਦੀ ਬਗੀਚੀ ਆ ਜਾਈ ਤਲਾਵ ਵਾਲੀ ਬਗੀਚੀ ਚ ਤੇ ਲੌਂਗਵਤੀ ਨੇ ਜੀ ਦੇ ਭੈਣ ਨੂੰ ਦੰਦਾਂ ਚ ਚਿਤਕ ਕੇ ਆ ਕਿਆ ਕਿ ਪਰੀ ਇੱਕ ਗੱਲ ਚੇਤੇ ਰੱਖੀ ਤੂੰ ਹੋਇਆ ਪਿੰਡ ਦਾ ਜ਼ਗੀਰਦਾਰ ਉਹਨੂੰ ਮਾਲਗੁਜ਼ਾਰੀ ਨਾ ਸਮਝ ਛੱਡੀ ਚੰਦਨ ਸਿੰਘ ਹੱਸ ਪਿਆ ਸੁਣਿਆ ਸੀ ਲੋਕ ਚੰਦਰ ਨੂੰ ਰਗੜ ਕੇ ਮੱਥੇ ਤੇ ਲਾਂਦੇ ਨੇ ਪਰ ਤੂੰ ਤਾਂ ਮੈਨੂੰ ਹੀ ਰਗੜ ਕੇ ਮੇਰੇ ਮੱਥੇ ਤੇ ਲਾਨੀ ਪਈ ਹੈ ਅੱਛਾ ਕਾਲ ਪੂਰਾ ਕਰਾਂਗੇ ਨਾ ਲੰਗਵਤੀ ਵੀ ਕੁਲੀ ਪੈ ਗਈ ਆਖਣ ਲੱਗੀ ਕਰਾਂਗੇ ਤੈਨੂੰ ਧਰਮ ਦਾ ਭਰਾ ਜੂ ਕਹਿ ਚੁੱਕੀਆਂ ਤੇ ਕੋਈ ਨਹੀਂ ਜਾਣਦਾ ਉਸ ਦੁਪਹਿਰ ਜਦੋਂ ਜੰਝ ਦੀ ਰੋਟੀ ਹੋ ਚੁੱਕੀ ਤੇ ਦੁਪਹਿਰ ਕੱਟਣ ਲਈ ਜਨਵਾਸੀ ਦੀਆਂ ਮੰਝੀਆਂ ਉੱਤੇ ਖੇਸ ਦੁੱਤਈਆਂ ਵਿੱਚ ਗਏ ਤਾਂ ਸੁੰਝੇ ਰਾਹਾਂ ਉੱਤੇ ਲੌਂਗਵਤੀ ਬੇणू ਦਾ ਹੱਥ ਫੜ ਕੇ ਉਹਨੂੰ ਅੰਬਾ ਦੀ ਬਗੀਚੀ ਚ ਲੈ ਗਈ। ਬੇणू ਅੰਬ ਦੀ ਟਾਹਣ ਵਾਂਗ ਕੰਬਦੀ ਪਈ ਸੀ ਪਰ ਬੂਰ ਨਾਲ ਵੀ ਭਰੀ ਹੋਈ ਸੀ। ਪਾਸੇ ਨਾਲ ਇੱਕ ਤਲਾਹ ਸੀ। ਉਹਦੇ ਕੰਡੇ ਤਖਲੋ ਕੇ ਆਪਣੀ ਕਿਸਮਤ ਵਾਂਗ ਕੰਬਦੇ ਆਪਣੇ ਪਰਛਾਵੇਂ ਨੂੰ ਵੇਖਣ ਲੱਗ ਪਈ। ਲੌਂਗਵਤੀ ਦਾ ਮੂੰਹ ਦੂਜੇ ਪਾਸੇ ਸੀ। ਬਾਰ ਪਿੰਡ ਵੱਲੋਂ ਆਉਂਦੀ ਡੰਡੀ ਵੱਲ ਉਹਦਾ ਖਿਆਲ ਸੀ ਚੰਦਨ ਸਿੰਘ ਅਜੀ ਅਜੀ ਚਿਰਾਕਾ ਆਏਗਾ ਉਹ ਦੋਵੇਂ ਦਸੇ ਵੇਲੇ ਤੋਂ ਘੜੀ ਪਹਿਲਾਂ ਹੀ ਆ ਗਈਆਂ ਸਨ ਤਾਂ ਕਿ ਅੱਗੜ ਪਿਛੜ ਜਾਂਦੇ ਕੋਈ ਤਾੜ ਨਾ ਲਵੇ ਤੇ ਫਿਰ ਬੇਨੂ ਦੇ ਪਾਣੀ ਚ ਕੰਬ ਦੇ ਪਰਛਾਵੇਂ ਵਿੱਚੋਂ ਹੀ ਜਿਵੇਂ ਇੱਕ ਹੋਰ ਪਰਛਾਵਾ ਨਿਕਲ ਪਿਆ ਚੰਦਨ ਸਿੰਘ ਜੋ ਇਹਨਾਂ ਤੋਂ ਵੀ ਪਹਿਲਾਂ ਅੰਬਾਂ ਦੀ ਬਗੀਚੀ ਚਾਹ ਬੈਠਾ ਸੀ ਇਹਨਾਂ ਦੋਹਾਂ ਨੂੰ ਆਉਂਦਿਆਂ ਵੇਖ ਪਲ ਕੋ ਇੱਕ ਤਣੇ ਪਿੱਛੇ ਹੋ ਖਲੋਤਾ ਸੀ ਕਿ ਖਬਰੇ ਦੋਹਾਂ ਦੇ ਪਿੱਛੇ ਵੀ ਕੋਈ ਆਉਂਦਾ ਹੋਏ ਪਰ ਜਦੋਂ ਦੋਵੇਂ ਇਕੱਲੀਆਂ ਤਲਾਕ ਕੋਲ ਖਲੋ ਗਈਆਂ ਤਾਂ ਬਿੰਦ ਉਡੀਕਣ ਵਿੱਚੋਂ ਚੰਦਨ ਸਿੰਘ ਵੀ ਪੋਲੇ ਪੈਰੀ ਉਹਨਾਂ ਦੇ ਕੋਲ ਆ ਖਲੋਤਾ। ਲੌਂਗਵਤੀ ਦਾ ਧਿਆਨ ਪਰਿਉਂਦੇ ਰਾਵਲ ਸੀ। ਇਸ ਲਈ ਉਹਨੇ ਪਿੱਠ ਪਿੱਛੇ ਖਲੋਤੇ ਚੰਦਨ ਸਿੰਘ ਨੂੰ ਵੇਖਿਆ ਨਹੀਂ ਸੀ ਤੇ ਬੇਨੂ ਦਾ ਧਿਆਨ ਤਲਾ ਦੇ ਪਾਣੀ 'ਚ ਕੰਬਦੇ ਆਪਣੇ ਪਰਛਾਵੇਂ ਵੱਲ ਸੀ। ਪਰਛਾਵੇਂ ਜਦੋਂ ਦੋ ਹੋ ਗਏ ਬੇਨੂ ਪਾਣੀ ਤਲਾ ਦੇ ਪਾਣੀ 'ਚ ਸੁਪਨੇ ਤਰਨ ਲੱਗ ਪਈ। ਇੱਕ ਬਿੰਦ ਉਹਨੇ ਅੱਖਾਂ ਮੀਟ ਲਈਆਂ। ਜਿਵੇਂ ਸੱਚ ਉੱਤੇ ਉਹਨੂੰ ਯਕੀਨ ਨਾ ਵੱਜਾ ਹੋਵੇ ਚੰਦਨ ਸਿੰਘ ਕੋਲੋਂ ਵੀ ਬੋਲਿਆ ਨਹੀਂ ਗਿਆ ਪਰ ਜਿਵੇਂ ਚੁੱਪ ਦਾ ਟੂਣਾ ਹੋ ਗਿਆ ਹੋਵੇ ਹੁਣ ਲੌਂਗਵਤੀ ਦਾ ਧਿਆਨ ਪਿਆ ਤੇ ਚੁੱਪ ਦਾ ਟੂਣਾ ਤੋੜਨ ਲਈ ਉਹਨੇ ਚੰਦਨ ਸਿੰਘ ਨੂੰ ਪੁੱਛਿਆ ਕਿਉਂ ਵੀਰ ਕਿਹੋ ਜੀ ਲੱਗਿਉ ਮੇਰੀ ਸਹੇਲੀ ਚੰਦਨ ਸਿੰਘ ਤੋਂ ਮਸਾਂ ਜਿਹਾ ਬੋਲ ਹੋਇਆ ਤੱਪੇ ਹੋਏ ਸੋਨੇ ਦੀ ਮੂਰਤੀ ਜਈ ਲੌਂਗਵਤੀ ਅੰਦਰੋਂ ਖੜੀ ਵੀ ਪਰ ਮੂੰਹੋਂ ਕਹਿਣ ਲੱਗੀ ਤੇ ਫੇਰ ਉਹ ਜੋ ਜ਼ਗੀਰਦਾਰਾਂ ਵਾਲੀ ਗੱਲ ਕੀਤੀ ਉਹਨਾਂ ਇਸ ਸੋਨੇ ਚਾਂਦੀ ਦੀ ਮਾਲਗੁਜ਼ਾਰੀ ਸਮਝ ਛੱਡੀ ਚੰਦਨ ਸਿੰਘ ਨੇ ਅੱਜ ਤੱਕ ਆਪਣੀ ਬੰਦੂਕ ਦਾ ਜ਼ੋਰ ਅਜ਼ਮਾਇਆ ਸੀ ਪਰ ਦਿਲ ਦਾ ਜ਼ੋਰ ਨਹੀਂ ਸੀ ਅਜ਼ਮਾਇਆ ਅੱਜ ਉਹਨੂੰ ਪਹਿਲੀ ਵਾਰ ਆਪਣੇ ਦਿਲ ਦਾ ਜ਼ੋਰ ਪਤਾ ਲੱਗਾ ਮੂੰਹ ਨਿਕਲਿਆ ਮੂਰਤੀ ਭਾਵੇਂ ਸੋਨੇ ਦੀ ਹੋਵੇ ਤੇ ਭਾਵੇਂ ਮਾਲਗੁਜ਼ਾਰੀ ਚ ਮਿਲੇ ਉਹ ਤਾਂ ਪੂਜਣੀ ਹੁੰਦੀ ਹੈ ਹਲਾ ਠਾਕੁਰ ਲੌਂਗਵਤੀ ਹੱਸ ਪਈ ਗੱਲਾਂ ਦਾ ਗੱਲਾਂ ਤਾਂ ਗਿਆ ਹੁੰਦੀਆਂ ਕਰਦਾ ਮੈਂ ਸਮਝਿਆ ਸੀ ਨੀਰੀ ਬੰਦੂਕ ਹੀ ਚਲਾਣੀ ਜਾਣਦਾ ਬੇਣੂ ਅਜੇ ਤੱਕ ਮੂੰਹ ਨਹੀਂ ਸੀ ਬੋਲੀ ਪਰ ਲੌਂਗਵਤੀ ਨਾਲ ਗੱਲਾਂ ਕਰਦੇ ਚੰਦਨ ਸਿੰਘ ਦੀ ਆਵਾਜ਼ ਉਹਨੂੰ ਜਾਪਿਆ ਉਹਦੇ ਸਾਰੇ ਪਿੰਡੇ ਥਾਣੇ ਲੰਘ ਕੇ ਪਰਾਂ ਲੌਂਗਵਤੀ ਤੱਕ ਜਾਂਦੀ ਸੀ ਲੌਂਗਵਤੀ ਨੇ ਬੇਣੂ ਨੂੰ ਛੇੜਿਆ ਇੱਕ ਵਾਰ ਸਾਬ ਦਹੀਂ ਬੂਰਾ ਛੱਡ ਕੇ ਤੇਰੀ ਗੈਂਚਣੀ ਦੀ ਰੋਟੀ ਖਾਣ ਆਇਆ ਚੰਦਰੀਏ ਉਹਦੇ ਨਾਲ ਗੱਲ ਤੇ ਕਰ ਜੋ ਭੁੱਖੇ ਨੂੰ ਭੋਰਾ ਮਿਲੇ ਤੇ ਬੇਣੂ ਦਾ ਸਿਰ ਹੋਰ ਨੀਵਾ ਹੋ ਗਿਆ ਉਹ ਅੱਖ ਫੁੱਟ ਕੇ ਚੰਦਨ ਸਿੰਘ ਵੱਲ ਵੇਖ ਵੀ ਨਾ ਸਕੀ ਹੇ ਥਮੂ ਧਿਆਨ ਤਲਾ ਦੇ ਪਾਣੀ ਚ ਉਹਦਾ ਪਰਛਾਵਾਂ ਵੇਖਦੀ ਰਹੀ ਚੰਦਨ ਸਿੰਘ ਦੇ ਗਲ ਪਿਆ ਹੋਇਆ ਸਿਲਕ ਦਾ ਕੁੜਤਾ ਹਵਾ ਨਾਲ ਜਦੋਂ ਹਿੱਲਦਾ ਤਾਂ ਪਾਣੀ ਚ ਜਿਵੇਂ ਬੇणू ਦੇ ਗਲ ਨਾਲ ਆ ਲੱਗਦਾ ਤੇ ਬੇणू ਸਬੂਤੀ ਦੀ ਸਬੂਤੀ ਕੰਬ ਜਾਂਦੀ ਤੇ ਫਿਰ ਚੰਦਨ ਸਿੰਘ ਨੇ ਸੱਚੀ ਮੁੱਚੀ ਅਣਹੋਣੀ ਨੂੰ ਹੱਥ ਪਾ ਲਿਆ ਕਾਲੇ ਧਾਗੇ ਚ ਪਰੋਚਾ ਸੋਨੇ ਦਾ ਤਵੀਤ ਆਪਣੇ ਗਲੋਂ ਲਾ ਕੇ ਹੌਲੀ ਜੀ ਆਪਣੀ ਤਲੀ ਉੱਤੇ ਰੱਖਿਆ ਤੇ ਤਲੀ ਬੇणू ਦੇ ਅੱਗੇ ਕਰਕੇ ਕਹਿਣ ਲੱਗਾ ਆ ਲੈ ਮੇਰੀ ਇਮਾਨਤ ਸਾਂਭ ਛੱਡੀ ਛੇਤੀ ਲੈਣਾ ਵਾਂਗਾ ਬੇणू ਨੇ ਹੱਥ ਅਗਾਹ ਕੀਤਾ ਪਰ ਉਹਦਾ ਹੱਥ ਜਿਵੇਂ ਪਾਣੀ ਦੇ ਤਲਾਹ ਚੋਂ ਨਿਕਲਿਆ ਹੋਵੇ ਠੰਡਾ ਤੇ ਕੰਬਦਾ ਚੰਦਨ ਸਿੰਘ ਦੇ ਜੀਤ ਇੱਕ ਵਾਰ ਆਇਆ ਬੇणू ਦਾ ਤਲੀ ਉੱਤੇ ਝੁਕਿਆ ਹੱਥ ਤਲੀ ਚ ਘੁੱਟ ਲਵੇ ਪਰ ਅੱਜ ਉਹਨੂੰ ਰੱਬ ਨੇ ਜ਼ੋਰ ਵੀ ਦਿੱਤਾ ਜਾਪਦਾ ਸੀ ਤੇ ਸਬਰ ਵੀ ਉਹ ਸਿਰਫ ਬੇणू ਦੀਆਂ ਕੰਬਦੀਆਂ ਉਂਗਲਾਂ ਵੱਲ ਤੱਕਦਾ ਰਹਿ ਗਿਆ ਲੌਂਗਵਤੀ ਨੇ ਵੇਲੇ ਦਾ ਚੇਤਾ ਕਰਾਇਆ ਤੇ ਬੇਣੂ ਨੇ ਵਿਦਾ ਮੰਗਦਿਆਂ ਤਵੀਤ ਨੂੰ ਮੱਥੇ ਨਾਲ ਲਾਇਆ ਤੇ ਆਪ ਮੁਹਾਰੇ ਉਹਦਾ ਸਿਰ ਚੰਦਨ ਸਿੰਘ ਦੇ ਪੈਰਾਂ ਵੱਲ ਨੂੰ ਝੁੱਕ ਗਿਆ। ਲੌਂਗਵਤੀ ਬੇਣੂ ਦੇ ਨੱਕ 'ਚ ਪਏ ਹੋਏ ਬੁਲਾਕ ਵੱਲ ਵੇਖ ਕੇ ਹੱਸ ਪਈ। ਚੰਦਨ ਸਿੰਘ ਨੂੰ ਕਹਿਣ ਲੱਗੀ ਨੱਕ ਦਾ ਬੁਲਾਕ ਪੈਰਾਂ ਦਾ ਵਿਛੂਆ ਮੰਗਦਾ ਏ ਠਾਕੁਰ। ਕੀ ਚੰਦਨ ਸਿੰਘ ਨੂੰ ਸਮਝ ਨਹੀਂ ਸੀ ਪਈ। ਲੌਂਗਵਤੀ ਨੇ ਦੱਸਿਆ ਬੁਲਾਕ ਤਾਂ ਕੁਆਰੀਆਂ ਪਾਉਂਦੀਆਂ ਨੇ ਵਿਛੂਆ ਵਿਹਾਈਆਂ। ਹੁਣ ਸਮਝਿਆ ਠਾਕੁਰ ਬੇणू ਸ਼ਰਮ ਨਾਲੇਂ ਜਤਰੀਲੀ ਉਤਰੀਲੀ ਹੋ ਗਈ ਜਿਵੇਂ ਆਪ ਹੀ ਪਾਣੀ ਦਾ ਤਲਾਹ ਹੋਵੇ ਤੇ ਆਪ ਹੀ ਤਲਾਹ ਚ ਭਿੱਜੀ ਹੋਵੇ ਅੱਜ ਲੌਂਗwati ਆਉਣ ਵੇਲੇ ਬੇणू ਦੀ ਸਹੇਲੀ ਸੀ ਪਰ ਜਾਣ ਵੇਲੇ ਮਾਂ ਜੀ ਮਮਤਾ ਨਾਲ ਭਰ ਗਈ ਤਲਾਹ ਚ ਦੋਹਾਂ ਦੇ ਪਰਛਾਵਿਆਂ ਨੂੰ ਵੇਖ ਕੇ ਆਖਣ ਲੱਗੀ ਦੋਵੇਂ ਕਿੱਡੇ ਪਿਆਰੇ ਲੱਗਦੇ ਪਏ ਨੀਲ ਸਰਾਂ ਦੀਆਂ ਮੁਰਗਾਬੀਆਂ ਜਾਈ ਦੋ ਦਿਨ ਅਜੇ ਪਿੰਡ ਛੋਰ ਠਹਿਰਾਉ ਸੀ ਚੰਦਨ ਸਿੰਘ ਨੇ ਤੇ ਬੇਣੂ ਨੇ ਇੱਕ ਦੂਜੇ ਨੂੰ ਦੂਰੋਂ ਦੇ ਕਈ ਵਾਰ ਵੇਖਿਆ ਪਰ ਮਨ ਹੋਰ ਤੜਫਿਆ ਤ੍ਰੀ ਹੋਰ ਲੂ ਗਈ ਤੇ ਜਿਸਨ ਠਾਕੁਰ ਪ੍ਰithvi ਸਿੰਘ ਦਾ ਲਾਉ ਲਸ਼ਕਰ ਵਾਪਸੀ ਦੀਆਂ ਤਿਆਰੀਆਂ ਕਰਨ ਲੱਗਾ ਚੰਦਨ ਸਿੰਘ ਨੇ ਲੌਂਗਵਤੀ ਨੂੰ ਲੱਭ ਕੇ ਤਰਲਾ ਕੀਤਾ ਉਸ ਸੰਘਚੀਲ ਨੂੰ ਇੱਕ ਵਾਰੀ ਤਾਂ ਵਿਖਾ ਦੇ ਲੌਂਗਵਤੀ ਹੱਸਦੀ ਦੂਰੀ ਹੋ ਗਈ ਅੱਛਾ ਹੁਣ ਉਹਦਾ ਨਾਂ ਸੰਘਚੀਲ ਰੱਖ ਦਿੱਤਾ ਈ ਚੰਦਨ ਸਿੰਘ ਦਾ ਮਨ ਮੂਹ ਨਾਲ ਡੱਕ ਡੱਕ ਭਰਿਆ ਸੀ ਆਖਣ ਲੱਗਾ ਹੁਣ ਪੰਡੇ ਪੈਣਾ ਹੈ ਨਾ ਤੇ ਸੰਖ ਚੀਲ ਨੂੰ ਵੇਖਿਆ ਸਗਨ ਹੁੰਦਾ ਹੈ ਹਾਲਾ ਆਪਣੀ ਸ਼ਗਨ ਮਨਾਨਾ ਲੌਂਗਵਤੀ ਨੂੰ ਚੁੰਡੀਆਂ ਸੋਈਦੀਆਂ ਸਨ ਪੁੱਛਣ ਲੱਗੀ ਪਹਿਲ ਉਹ ਦੱਸ ਉਹ ਸੰਖ ਚੀਲ ਇਹ ਕਿ ਨੀਲ ਸਿਰਾਂ ਦੀ ਮੁਰਗਾਬੀ ਤੇ ਨਾਲ ਹੀ ਆਖਣ ਲੱਗੀ ਚੱਲ ਕੁਝ ਵੀ ਹੋਵੇ ਪਰ ਕਿਸੇ ਦਿਨ ਬੰਦੂਕ ਚਲਾ ਕੇ ਉਹਨੂੰ ਮਾਰਨਾ ਕੱਤੀ ਵੱਡਿਆ ਸ਼ਿਕਾਰੀ ਆ ਤੇ ਜਾਂਦੀ ਜਾਂਦੀ ਚੰਦਨ ਸਿੰਘ ਦਾ ਹੱਥ ਮਰੋੜ ਗਈ ਬਾਹਰ ਅੰਦਰ ਜਾਣ ਦੇ ਪੱਜ ਪਰਾਂ ਚ ਮਿਆਰਾਂ ਦੇ ਖੂਵਲ ਆ ਜਾ ਮੈਂ ਤੇਰੀ ਚਿੱਟੀਆਂ ਖੰਭਾ ਲਈ ਸੀ ਸੰਘਚੀਲ ਨੂੰ ਲੈ ਕੇ ਹੁਣੇ ਆਉਣੀ ਆ ਤੇ ਕੋਈ ਨਹੀਂ ਜਾਣਦਾ ਜਦੋਂ ਚਮਿਆਰਾ ਦੇਖੋ ਕੋਲ ਚੰਦਨ ਸਿੰਘ ਨੂੰ ਬੇਣੂ ਮਿਲੀ ਉਹ ਬੇਣੂ ਦਾ ਹੱਥ ਫੜ ਕੇ ਸਾਰਾ ਵੇਲਾ ਗੁੰਮਸਮ ਖਲੋਤਾ ਰਿਹਾ ਨਾ ਉਹਦੇ ਕੋਲੋਂ ਅੱਜ ਦੀਆਂ ਗੱਲਾਂ ਕਰਨ ਹੋਈਆਂ ਨਾ ਕੱਲ ਦੀਆਂ ਸਭ ਜਾਣਦੇ ਹਨ ਜਿਸ ਦਿਨ ਰੇਸ਼ਮ ਚੰਦਾ ਦੇ ਨੱਚਣ ਦੀ ਆਖਰੀ ਰਾਤ ਸੀ ਉਸ ਦਿਨ ਉਹਦੇ ਤੀਰ ਤਰਕਸ਼ ਠਾਕੁਰ ਪ੍ਰithvi ਸਿੰਘ ਵੱਲੋਂ ਮੂੰਹ ਮੋੜ ਕੇ ਛੋਟੇ ਠਾਕੁਰ ਮਲਖਾਨ ਸਿੰਘ ਦੇ ਦਿਲ ਦਾ ਦਾ ਲਾਂਦੇ ਰਹੇ ਮਲਖਾਨ ਸਿੰਘ ਨੂੰ ਸੰਗੀਤ ਦੇ ਸ਼ੌਕ ਦਾ ਸ਼ੌਕ ਮੁੱਢ ਤੋਂ ਸੀ ਪਰ ਮੁੱਢ ਚ ਇੱਕ ਹੋਰ ਸ਼ੌਕ ਵੀ ਹੁੰਦਾ ਸੀ ਕੁਸ਼ਤੀ ਦਾ ਜਿਹਦੇ ਨਾਲ ਉਹਨੇ ਆਪਣਾ ਜਿਸਮ ਕਮਾਇਆ ਹੋਇਆ ਸੀ ਸੰਗੀਤ ਦੇ ਵੱਧ ਦੇ ਸ਼ੌਕ ਨਾਲ ਉਹਦਾ ਦੂਜਾ ਸ਼ੌਕ ਹੌਲੀ-ਹੌਲੀ ਮਾਤ ਪੈ ਗਿਆ ਸੀ ਪਰ ਭਰ ਜਵਾਨੀ ਦੇ ਕਸੇ ਹੋਏ ਬਦਨ ਚੋਂ ਜ਼ੋਰ ਤੇ ਉਹ ਜ਼ੋਰਤ ਰਚ ਗਏ ਦਿੱਸਦੇ ਸਨ ਤੇ ਰੇਸ਼ਮ ਚੰਦਾ ਸਾਰੀ ਖੋਜ-ਖਬਰ ਕੱਢ ਕੇ ਉਸ ਆਖਰੀ ਰਾਤ ਆਪਣੀਆਂ ਸਾਰੀਆਂ ਦਾਵਾਂ ਮਲਖਾਨ ਸਿੰਘ ਤੇ ਨਛਾਵਰ ਕਰਦੀ ਰਹੀ ਇੱਥੋਂ ਤੱਕ ਕਿ ਵੱਡੇ ਠਾਕੁਰ ਦੇ ਸਾਹਮਣੇ ਕੂਣੀਆਂ ਤੱਕ ਉਹ ਕੱਚ ਦੀਆਂ ਵੰਗਾਂ ਛਣਕਾਉਂਦੀ ਫਿਰ ਇੱਕ ਕਦਾਂ ਨਾਲ ਇੰਜ ਬਾਹਾਂ ਛਡਾਉਂਦੀ ਸੀ ਜਿਵੇਂ ਸਾਹਮਣੇੋਂ ਕਿਸੇ ਨੇ ਘੁੱਟ ਕੇ ਫੜੀਆਂ ਹੋਣ ਤੇ ਫਿਰ ਮਲਖਾਨ ਸਿੰਘ ਵੱਲ ਹੱਥ ਦਾ ਇਸ਼ਾਰਾ ਕਰਦੀ ਗੌਂਦੀ ਜਾ ਰਹੀ ਸੀ ਜੀ ਮੋਰਾ ਤੋਂ ਦੰਗਲਿਆ ਦਾਵੇਦਾਰ ਜੀ ਮੇਰ ਮੋਰੀ ਛੋੜ ਦੇ ਕਲਈਆਂ ਵੇਖਣ ਵਾਲੇ ਨਾਚੀ ਦੀ ਅਦਾ ਉਤੇ ਕੁਰਬਾਨ ਵੀ ਹੁੰਦੇ ਰਹੇ ਸਨ ਤੇ ਉਹ ਜੇ ਸਿੱਧੇ ਇਸ਼ਾਰਿਆਂ ਤੇ ਹੱਸਦੇ ਵੀ ਰਹੇ ਸਨ ਮਲਖਾਨ ਸਿੰਘ ਦਾ ਤਨੋਂ ਮਨੋਂ ਸਾਧੂ ਸੁਭਾਅ ਦਾ ਸੀ ਭਾਵੇਂ ਸ਼ਿਸ਼ਟਾਚਾਰ ਦੇ ਨਾਤੇ ਰੋਜ਼ ਮਹਿਫਿਲ 'ਚ ਬਹਿੰਦਾ ਸੀ ਪਰ ਨਾ ਉਹ ਸਭ ਕੁਝ ਗੋਲਦਾ ਸੀ ਤੇ ਨਾ ਉਹ ਨੂੰ ਕੁਝ ਪਹੁੰਦਾ ਸੀ ਹਾਂ ਵੱਡੇ ਠਾਕੁਰ ਨੇ ਜ਼ਰੂਰ ਮੰਦੀ ਚੀਜ਼ ਪੀਤੀ ਤੇ ਭਾਵੇਂ ਉਹ ਨੂੰ ਇਹਨੂੰ ਕੰਜਰੀ ਦਾ ਨਖਰਾ ਆ ਕੇ ਗੱਲ ਨੂੰ ਹਾਸੇ ਚ ਗਵਾ ਦਿੱਤਾ ਪਰ ਮਨ ਚ ਇੱਕ ਜ਼ਖਮ ਜਿਹਾ ਖਾ ਲਿਆ ਠਾਕੁਰ ਪ੍ਰithvi ਸਿੰਘ ਮਾਨਕਪੁਰ ਪਰ ਤੇ ਆ ਤਾਂ ਮਨ ਚ ਰੇਸ਼ਮ ਚੰਦਾਲੀ ਕਾ ਚੋਰਾ ਲੈ ਕੇ ਉੰਜ ਪਤਾ ਸੀ ਸਾਈ ਦਿੱਤੀ ਹੋਈ ਸੀ ਸੋ ਛੇਤੀ ਕਿਸੇ ਦਿਨ ਰੇਸ਼ਮ ਚੰਦਾ ਦਾ ਡੇਰਾ ਇੱਥੇ ਆ ਉਤਰਨਾ ਸੀ ਪਰ ਠਾਕੁਰ ਪ੍ਰithvi ਸਿੰਘ ਨੂੰ ਇੰਨੇ ਨਾਲ ਸੰਤੋਖ ਹੁੰਦਾ ਨਹੀਂ ਸੀ ਜਪਦਾ ਮਨ ਚ ਆਉਂਦਾ ਸੀ ਇੱਕ ਪਿੰਡੋ ਦੇ ਨਾਂ ਕਰ ਦਿਆਂ ਤੇ ਫਿਰ ਉਹ ਕਦੀ ਹੋਰ ਕਿਸੇ ਦੇ ਬੂਏ ਨਾ ਜਾਏ ਇਹ ਗੱਲ ਹੈ ਜੇ ਉਹਨੇ ਸੱਤਾਂ ਪਰਦੇ ਅੰਚ ਰੱਖੀ ਸੀ ਸਿਰਫ ਆਪਣੇ ਵਿਸ਼ਵਾਸੀਆਂ ਦੇ ਕੰਨੋਂ ਕੱਢੀ ਸੀ ਪਰ ਤਾਂ ਵੀ ਇਹ ਗੱਲ ਬਾਹਰ ਨਿਕਲ ਗਈ ਜਾਂਦੀ ਸੀ ਵਿਸ਼ਵਾਸੀਆਂ ਨੇ ਹੀ ਦੱਸਿਆ ਕਿ ਇੱਕ ਖੂਹ ਤੇ ਬੈਠੇ ਲੋਕਾਂ ਨੇ ਉਹਨਾਂ ਨੂੰ ਲੰਘਦਿਆਂ ਟਕੌਰ ਜੀ ਕੀਤੀ ਸੀ ਠਾਕੁਰ ਪ੍ਰਿਥਵੀ ਸਿੰਘ ਨੇ ਜਵਾਨੀ ਵੇਲੇ ਕਦੀ ਠਾਕੁਰਾਇਣ ਕੋਲੋਂ ਭੈ ਨਹੀਂ ਸਿੱਖਾਦਾ ਪਰ ਹੁਣ ਜਦੋਂ ਪੁੱਤਰ ਜਵਾਨ ਹੋ ਗਏ ਸਨ ਠਕੁਰਾਇਨ ਦੋ ਕੜੀ ਵਰਗੇ ਪੁੱਤਰਾਂ ਦੀ ਮਾਂ ਹੋ ਗਈ ਸੀ ਉਹ ਠਕੁਰਾਇਨ ਕੋਲੋਂ ਕੁਝ ਭੈ ਖਾਣ ਲੱਗ ਪਏ ਸਨ ਹੰਸਾ ਮੋਤੀ ਭਾਵੇਂ ਘੋੜਿਆਂ ਦੇ ਨਾਂ ਸਨ ਪਰ ਮਲਖਾਨ ਸਿੰਘ ਤੇ ਚੰਦਨ ਸਿੰਘ ਦੀ ਭਰਾਵਾਂ ਦੀ ਜੋੜੀ ਨੂੰ ਵੀ ਲੋਕ ਹੰਸਾ ਮੋਤੀ ਦੀ ਜੋੜੀ ਆਖਦੇ ਸਨ ਲੋਕ ਪ੍ਰithvi ਸਿੰਘ ਤੋਂ ਭੈ ਖਾਂਦੇ ਸਲਾਮਾਂ ਕਰਦੇ ਸਨ ਪਰ ਮਲਖਾਨ ਚੰਦਰ ਨੂੰ ਲੋਕ ਪਿਆਰ ਨਾਲ ਛੋਟੇ ਠਾਕੁਰ ਵੀ ਕਹਿੰਦੇ ਸਨ ਕੁਮਰ ਸਾਪ ਵੀ ਤੇ ਹੰਸਾ ਮੋਤੀ ਵੀ ਤੇ ਠਾਕੁਰ ਪ੍ਰithvi ਸਿੰਘ ਨੂੰ ਹਵਾ ਦੇ ਇਸ ਬਦਲਦੇ ਰੁਖ ਦਾ ਕੁਝ ਥੋਸੀ ਪੂਰੀਆਂ ਦੋ ਪੀੜੀਆਂ ਤੇ ਠਾਕੁਰ ਪ੍ਰithvi ਸਿੰਘ ਦੀ ਤੇ ਯਾਦਵਾਂ ਦੇ ਚੌਧਰੀ ਭੂਪ ਸਿੰਘ ਦੀ ਲੱਗਦੀ ਆਈ ਸੀ ਦੋਹਾਂ ਦੀਆਂ ਗੜੀਆਂ ਵਿੱਚਕਾਰ ਇੱਕ ਨਦੀ ਪੈਂਦੀ ਸੀ ਜਿਹਨੂੰ ਜਿਆਦਾ ਜ਼ੋਰ ਚੱਲਦਾ ਬੰਨ ਮਾਰ ਦਿੰਦਾ ਤੇ ਪਾਣੀ ਦਾ ਮੂੰਹ ਮੋੜ ਕੇ ਦੂਜੇ ਦੇ ਖੇਤ ਬੰਨੇ ਰੋੜ ਦਿੰਦਾ ਪਰ ਪਿਛਲੇ ਕਈ ਵਰਿਆਂ ਤੋਂ ਠਾਕੁਰ ਪ੍ਰithvi ਸਿੰਘ ਦਾ ਹੱਥ ਉੱਤੇ ਸੀ ਜਿਸ ਲਈ ਚੌਧਰੀ ਪੂਪ ਸਿੰਘ ਵੱਲੋਂ ਕੋ ਚੁੱਪਸਾਦੀ ਹੋਈ ਦਿਸਦੀ ਸੀ ਪਰ ਦਿਸਣ ਨੂੰ ਜੋ ਅਮਨ ਚੰਦ ਸੀ ਠਾਕੁਰ ਪ੍ਰithvi ਸਿੰਘ ਨੂੰ ਇਹ ਵੀ ਪਤਾ ਸੀ ਕਿ ਕਿਸੇ ਦਿਨ ਉਹ ਲਾਵੇ ਵਾਂਗ ਫੁੱਟ ਸਕਦਾ ਸੀ ਉੰਜ ਤਰ ਠਾਕੁਰ ਪ੍ਰithvi ਸਿੰਘ ਦਾ ਇਹ ਭੈ ਉਦੋਂ ਤੋਂ ਬਹੁਤ ਅੱਛਾ ਆ ਗਿਆ ਸੀ ਜਦੋਂ ਅੰਗਰੇਜ਼ ਕਲੈਕਟਰ ਦੇ ਜ਼ੋਰ ਤੇ ਇੱਕ ਥਾਣੇਦਾਰ ਨੇ ਖੁੱਲੇ ਪਿੰਡ ਚ ਆਖਿਆ ਸੀ ਮੈਂ ਠਾਕੁਰ ਪ੍ਰithvi ਸਿੰਘ ਨੂੰ ਸਲਾਮ ਕਰਨ ਕਿਉਂ ਜਾਵਾਂ ਸਾਲੇ ਨੂੰ ਗਰਜ ਹੋਏਗੀ ਤਾਂ ਆਪੇ ਆਏਗਾ ਤੇ ਇੱਕ ਦਿਨ ਚੌਂਟ ਫੇਰੀ ਪੱਗ ਵਾਲੇ ਠਾਕੁਰ ਪਿਥਵੀ ਸਿੰਘ ਨੇ ਆਪਣੇ ਸੇਵਕਾਂ ਨੂੰ ਭੇਜ ਕੇ ਥਾਣੇਦਾਰ ਨੂੰ ਗਲੀ 'ਚ ਰੋਟੀ ਦਾ ਸੱਦਾ ਦੇ ਕੇ ਬੁਲਾਇਆ ਸੀ ਤੇ ਆਸਣ ਉੱਤੇ ਬਿਠਾ ਕੇ ਆਪਣੇ ਸੇਵਕਾਂ ਨੂੰ ਕਿਹਾ ਸੀ ਦਰੋਗਾ ਜੀ ਦੀ ਖਿਦਮਤ ਕਰੋ ਤੇ ਸੇਵਕਾਂ ਨੇ ਥਾਣੇਦਾਰ ਨੂੰ ਰस्सियां ਨਾਲ ਬੰਨ ਕੇ ਸਾਹਮਣੇ ਘਾਹ ਪਾ ਦਿੱਤਾ ਸੀ ਖਾਣ ਲਈ ਤੇ ਉਹਨਾਂ ਚਿਰ ਉਹਦੀਆਂ ਰस्सियां ਨਹੀਂ ਸੀ ਖੋਲੀਆਂ ਜਦ ਤੱਕ ਉਹਨੇ ਮੂੰਹ ਨੀਵਾ ਕਰਕੇ ਦਲੀਆ 'ਚ ਪਏ ਘਾਹ ਵਿੱਚੋਂ ਦੋ ਤਿਲੇ ਮੂੰਹ ਨਾਲ ਨਹੀਂ ਸੰਚੁੱਕੇ ਤੇ ਗੱਲ ਜਦੋਂ ਅੰਗਰੇਜ਼ ਕਲੈਕਟਰ ਤੱਕ ਪਹੁੰਚੀ ਸੀ ਉਹਨੇ ਠਾਕੁਰ ਪ੍ਰithvi ਸਿੰਘ ਨਾਲ ਵੈਰ ਸਿਹੇੜਨ ਦੀ ਥਾਂ ਥਾਣੇਦਾਰ ਦੀ ਉਥੋਂ ਬਦਲੀ ਕਰਤੀ ਸੀ ਤੇ ਉਸ ਤੋਂ ਪਿਛੇ ਠਾਕੁਰ ਪ੍ਰithvi ਸਿੰਘ ਦੀ ਪਿੱਠ ਪਿੱਛੇ ਕੁਝ ਉੱਚਾ ਨੀਵਾ ਬੋਲਦੇ ਚੌਧਰੀ ਭੂਪ ਸਿੰਘ ਦੇ ਇੱਕ ਬੰਦੇ ਨੂੰ ਫੜ ਕੇ ਜਦੋਂ ਠਾਕੁਰ ਪ੍ਰithvi ਸਿੰਘ ਅੱਗੇ ਹਾਜ਼ਰ ਕੀਤਾ ਗਿਆ ਤਾਂ ਪਿੱਠ ਪਿੱਛੇ ਉਹਦੇ ਦੋਵੇਂ ਹੱਥ ਬਨਵਾ ਕੇ ਤੇ ਕੜੀ ਵਾਲੀ ਪੰਸੇਰੀ ਉਹਦੀ ਚੋਟੀ ਨਾਲ ਬਨਵਾ ਕੇ ठाकुर पृथ्वी सिंह ਨੇ ਉਹਨੂੰ ਚੌਧਰੀ ਭੂਪ ਸਿੰਘ ਵੱਲ ਤੋਰ ਦਿੱਤਾ ਤਾਂ ਵੀ ਚੌਧਰੀ ਭੂਪ ਸਿੰਘ ਵੱਲੋਂ ਕੋਈ ਕੁਸਕਿਆ ਨਹੀਂ ਸੀ ਪਰ ਇੰਨੇ ਦਬ ਦਬੇ ਦੇ ਹੁੰਦਿਆਂ ਵੀ ਹੁਣ ਠਾਕੁਰ ਨੂੰ ਹਵਾ ਦਾ ਰੁਖੋ ਨਹੀਂ ਸੀ ਜਿਹਾ ਪਤਾ ਜੋ ਪਹਿਲਾਂ ਸੀ ਬਹੁਤਾ ਇਸ ਲਈ ਕਿ ਮਲਖਾਂ ਸਿੰਘ ਤਾਂ ਉੰਝੀ ਸਾਧੂ ਸੁਭਾ ਦਾ ਸੀ ਤੇ ਛੋਟਾ ਚੰਦਨ ਸਿੰਘ ਭਾਵੇਂ ਬੰਦੂਕ ਲੈ ਕੇ ਜੰਗਲਾਂ ਵਿੱਚ ਫਿਰਨ ਦਾ ਸ਼ੌਂਕੀ ਸੀ ਪਰ ਵੱਡੇ ਠਾਕੁਰ ਦੇ ਪੂਰਨਿਆਂ ਤੇ ਚੱਲਣ ਵਾਲਾ ਉਹ ਨਹੀਂ ਸੀ ਦਿਸਦਾ ਤੇ ਫੇਰ ਇਹ ਚਿੰਤਾ ਇੱਕ ਦਿਨ ਠਾਕੁਰ ਪ੍ਰithvi ਸਿੰਘ ਦਾ ਲਹੂ ਉਬਲ ਗਈ। ਉਹ ਤਰਕਾਲਾਂ ਦੇ ਖਾਓ ਪੀਓ ਪਿਛੋਂ ਪਾਨ ਦਾ ਬੀੜਾ ਲੈ ਕੇ ਆਪਣੇ ਮੂੰਹ ਚਿੱਤ ਲੱਗਦੇ ਸਾਥੀਆਂ ਨਾਲ ਤਾਸ਼ ਖੇਡਣ ਲਈ ਬੈਠਾ ਸੀ ਕਿ ਨਿੱਜੀ ਸੇਵਕ ਨੇ ਆ ਕੇ ਹੌਲੀ ਜੀ ਕੁਝ ਕਿਹਾ। ਠਾਕੁਰ ਨੇ ਸਾਥੀਆਂ ਨੂੰ ਵਿਦਾ ਕਰ ਦਿੱਤਾ ਤੇ ਇਕੱਲਿਆਂ ਹੋ ਕੇ ਸੇਵਕ ਨੂੰ ਫੇਰ ਪੁੱਛਿਆ ਕੀ ਕਿਹਾਈ? ਰੇਸ਼ਮ ਚੰਦਾ ਦਾ ਆਦਮੀ ਉਹਦਾ ਖਾਸ ਸੁਨੇਹਾ ਲੈ ਕੇ ਆਇਆ। ਹਾਂਜੀ। ਹੁਕਮ ਹੋਵੇ ਤਾਂ ਹਾਜ਼ਰ ਕਰਾਂ। ਠਾਕੁਰ ਪ੍ਰਿਥਵੀ ਸਿੰਘ ਨੇ ਕੁਝ ਸੋਚੀ ਪੈ ਕੇ ਪੁੱਛਿਆ ਕੋਈ ਰੁੱਕਾ ਲਿਆ ਹੈ ਨਹੀਂ ਜੀ ਜ਼ਬਾਨੀ ਅਰਜ਼ ਕਰਨਾ ਚਾਹੁੰਦਾ ਹੈ ਠਾਕੁਰ ਨੇ ਫਿਰ ਤਾਂ ਕੀ ਨਾਲ ਪੁੱਛਿਆ ਤੂੰ ਉਹਨੂੰ ਪਛਾਣਦਾ ਹੈ ਉਹਦਾ ਆਦਮੀ ਕੋਈ ਹੋਰ ਤਾਂ ਨਹੀਂ ਸੇਵਕ ਨੇ ਦੱਸਿਆ ਹਾਂ ਜੀ ਉਹੀ ਤਬਲਚੀ ਹੈ ਜਿਹਨੂੰ ਤੁਸੀਂ ਹਰ ਫਰੀ ਦੀ ਹਵੇਲੀ 'ਚ ਨਾਚ ਵੇਲੇ ਵੇਖਿਆ ਸੀ ਅੱਛਾ ਅੰਦਰ ਲੈ ਆਓ ਪਰ ਸਾਹਮਣੇ ਦਰਵਾਜ਼ੇ ਵਿੱਚੋਂ ਨਹੀਂ ਮਲਖਾਨ ਤੇ ਚੰਦਰ ਬਾਹਰਲੀ ਬੈਠਕ 'ਚ ਨੇ ਹਾਂਜੀ ਫਿਰ ਤਬੇਲੇ ਵਾਲੇ ਬੂਹੇ 'ਚੋਂ ਲਿਆ ਰੇਸ਼ਮ ਚੰਦਾ ਦਾ ਤਬਲਚੀ ਜਦੋਂ ਸੇਵਕ ਦੇ ਨਾਲ ਅੰਦਰ ਠਾਕੁਰ ਪ੍ਰithvi ਸਿੰਘ ਦੀ ਹਜ਼ੂਰੀ ਛਾਇਆ ਠਾਕੁਰ ਨੂੰ ਪ੍ਰਣਾਮ ਕਰਕੇ ਹੱਥ ਬੱਧਾ ਖਲੋਤਾ ਰਿਹਾ ਚੁੱਪ ਲੰਬੀ ਹੋ ਗਈ ਤਾਂ ਠਾਕੁਰ ਨੇ ਪੁੱਛਿਆ ਹਾਂ ਬਈ ਕੀ ਪੈਗਾਮ ਹੈ ਉਹਨੇ ਹੱਥ ਬੱਧੇ ਆਖਿਆ ਹਜ਼ੂਰ ਜਾਨ ਬਖਸ਼ੀ ਹੋਵੇ ਤਾਂ ਅਰਜ਼ ਕਰਾਂ ਠਾਕੁਰ ਪ੍ਰਿਥਵੀ ਸਿੰਘ ਨੇ ਆਖਿਆ ਕੁਝ ਨਹੀਂ ਸਿਰਫ ਨਜ਼ਰ ਭਰ ਕੇ ਉਹਦੇ ਵੱਲ ਵੇਖਿਆ ਪਰ ਨਜ਼ਰ ਇਹੋ ਜਿਹੀ ਸੀ ਸਾਹਮਣੇ ਖਲੋਤੇ ਬੰਦੇ ਨੂੰ ਸਿਰ ਤੋਂ ਪੈਰਾਂ ਤੱਕ ਮੁੜਕਾ ਆ ਗਿਆ ਉਨੇ ਥਥਲਾ ਜੇ ਗਏ ਨੇ ਫੇਰ ਆਖਿਆ ਸਰਕਾਰ ਛੋਟਾ ਮੂੰਹ ਤੇ ਵੱਡੀ ਗੱਲ ਹੈ ਜਾਨ ਬਖਸ਼ੀ ਹੋਵੇ ਤਾਂ ਠਾਕੁਰ ਨੇ ਕਾਲਿਆਂ ਪੈ ਕੇ ਕਿਹਾ ਹਾਂ ਹਾਂ ਜਾਨ ਬਖਸ਼ੀ ਛੇਤੀ ਬੋਲ ਉਹਨੇ ਕੰਬ ਦੇ ਜਾਈ ਨੇ ਬੁੱਝੇ ਚ ਇੱਕ 100 1 ਰੁਪਿਆ ਕੱਢਿਆ ਤੇ ਉੜ ਕੇ ਠਾਕੁਰ ਦੇ ਪੈਰਾਂ ਅੱਗੇ ਜ਼ਮੀਨ ਉੱਤੇ ਰੱਖ ਕੇ ਆਖਿਆ بیگم ਸਾਹਬਾ ਨੇ ਆਖਿਆ ਕਿ ਬੰਦੀ ਖidmat ਚ ਹਾਜ਼ਰ ਨਹੀਂ ਹੋ ਸਕੇਗੀ ਠਾਕੁਰ ਨੇ ਸਮਝ ਲਿਆ ਕਿ ਇਹ ਉਸਾਈ ਦੇ 101 ਰੁਪਏ ਹਨ ਜੋ ਰੇਸ਼ਮ ਚੰਦਾ ਨੇ ਮੋੜੇ ਹਨ ਠਾਕੁਰ ਦੇ ਮਨ ਚ ਗੱਲ ਖੁੜਕ ਗਈ ਪਰ ਪੱਕੀ ਜਾਣ ਲਈ ਪੱਕੀ ਜਾਣ ਲੈਣ ਲਈ ਫਿਰ ਪੁੱਛਿਆ ਕਿਉਂ بیگم ਦੀ ਤਬੀਅਤ ਨਾ ਸਾਜ਼ ਏ ਨਹੀਂ ਜੀ ਤੇ ਅੱਗੋਂ ਕੁਝ ਕਹਿਣ ਲੱਗਾ ਉਹ ਬੰਦਾ ਡਰ ਕੇ ਪਿਛਾਂ ਜਿਆ ਹੋ ਗਿਆ ਫਿਰ ਇਹ ਰੁਪਏ ਥੋੜੇ ਨੇ ਠਾਕੁਰ ਨੂੰ ਪਤਾ ਸੀ ਕਿ ਇਹ ਗੱਲ ਨਹੀਂ ਸੀ ਪਰ ਉਹਦੇ ਮੂੰਹੋਂ ਸੱਚੀ ਅਖਵਾ ਲੈਣ ਲਈ ਇੰਜ ਆ ਗਿਆ ਨਹੀਂ ਜੀ ਉਹਨੇ ਫੇਰ ਆਖਿਆ ਤੇ ਫਿਰ ਹੌਸਲਾ ਬਨ ਕੇ 체ਤੀ ਨਾਲ ਕਹਿ ਦਿੱਤਾ ਚੌਧਰੀ ਭੂਪ ਸਿੰਘ ਨੇ بیگم ਨੂੰ ਇੱਕ ਪਿੰਡ ਦੇ ਕੇ ਹਮੇਸ਼ਾ ਲਈ ਖਿਦਮਤ 'ਚ ਰੱਖ ਲਿਆ ਏ ਇਸ ਲਈ ਮਜਬੂਰੀ ਏ ਇਹ ਸ਼ਾਇਦ ਠਾਕੁਰ ਪ੍ਰithvi ਸਿੰਘ ਦੀ ਜ਼ਿੰਦਗੀ 'ਚ ਪਹਿਲਾ ਦਿਨ ਸੀ ਜਦੋਂ ਇੰਜ ਦਾ ਹੁਕਮ ਅਦੁੱਲੀ ਇੰਜ دی ਹੁਕਮ ਅਦੁੱਲੀ ਸਾਹਮਣੇ ਵੇਖੀ ਕਿਸੇ ਸਾਈ ਦੇ ਰੁਪਏ ਇੰਜ ਮੁੜੇ ਵੇਖੇ ਤੇ ਇੰਜ ਦਾ ਪੈਗਾਮ ਜੋ ਸਖਤ ਗੁਸਤਾਖੀ ਵਰਗਾ ਸੀ ਕੰਨੀ ਸੁਣਿਆ ਤੇ ਫਿਰ ਵੀ ਸਾਹਮਣੇ ਖਲੋਤੇ ਦੀ ਜਾਨ ਬਖਸ਼ੀ ਕੀਤੀ ਉਹ ਆਦਮੀ ਚਲਾ ਗਿਆ ਪਰ ठाकुर ਪ੍ਰithvi ਸਿੰਘ ਦਾ ਸੁੱਖ ਚੈਨ ਵੀ ਨਾਲ ਹੀ ਚਲਾ ਗਿਆ ਰੇਸ਼ਮ ਚੰ다 ਦੀ ਠਾਕੁਰ ਨੂੰ ਹੁਣ ਪਰਵਾਹ ਨਹੀਂ ਸੀ ਰਹੀ ਸਿਰਫ ਪਰਵਾਸ ਸੀ ਕਿ ਚੌਧਰੀ ਭੂਪ ਸਿੰਘ ਨੇ ਠਾਕੁਰ ਨੂੰ ਛੋਟੀਆਂ ਵਖਾਉਣ ਲਈ ਇਹ ਕੀਤਾ ਸੀ ਤੇ ਰੇਸ਼ਮ ਚੰਦਾ ਕੋਲੋਂ ਸਾਈ ਦੇ ਰੁਪਏ ਮੜਵਾ ਕੇ ਭਰੇ ਪਿੰਡਾਂ ਚੋਂ ਦੀ ਤੌਫੀਕ ਦੀ ਤੋਹੀਨ ਕਰ ਦਿੱਤੀ ਸੀ ਉਸ ਰਾਤ ਮਕਮਲ ਦਾ ਵਿਛਾਉਣਾ ਠਾਕੁਰ ਨੂੰ 16 ਦੀ ਸੇਜ ਵਾਂਗ ਚੁੱਪਦਾ ਰਿਆ ਤੇ ਸਵੇਰਸਾਰ ਰਾਤ ਦੀਆਂ ਪਾਣੀ ਦੀਆਂ ਭਿੱਜੀਆਂ ਬਦਾਮਾਂ ਦੀਆਂ ਗਿਰੀਆਂ ਛਿੱਲ ਕੇ ਜਦੋਂ ਰੋਜ਼ ਵਾਂਗ ਠਾਕੁਰ ਨੇ ਛਾ ਵੇਲਾ ਕੀਤਾ ਉਹਦੀ ਇੱਕ ਦਾੜ ਚ ਪੀੜ ਉੱਠ ਪਈ ਸ਼ਰਾਬ ਚ ਪਿਉ ਕੇ ਰੂਹ ਦਾ ਤੁੰਬਾ ਜਦੋਂ ਠਾਕੁਰ ਨੇ ਦਾੜ ਚ ਰੱਖਿਆ ਛਾਤੀ ਚ ਇੱਕ ਚੀਜ਼ ਪਈ ਕਿ ਠਾਕੁਰ ਦੀ ਜਵਾਨੀ ਹੁਣ ਠਾਕੁਰ ਨੂੰ ਦਗਾ ਦੇਣ ਲੱਗੀ ਸੀ ਇਹ ਪੀਰ ਠਾਕੁਰਾਇਨ ਨਾਲ ਨਹੀਂ ਸੀ ਵੰਡੇ ਜਾ ਸਕਦੀ ਤੇ ਪੁੱਤਰਾਂ ਵੱਲੋਂ ਵੀ ਠਾਕੁਰ ਨੂੰ ਕਿਸੇ ਹਮਾਇਤ ਦੀ ਆਸ ਨਹੀਂ ਸੀ ਸੋ ਠਾਕੁਰ ਨੇ ਆਪਣੇ ਪੁਰਾਣੇ ਕਰਿੰਦਿਆਂ ਨਾਲ ਹੀ ਗੱਲ ਜੋੜੀ ਤੇ ਚਮਾਸੀ ਦੀ ਨਦੀ ਨੂੰ ਬੰਨ ਮਰਵਾ ਕੇ ਪਾਣੀ ਚੌਧਰੀ ਭੂਪ ਸਿੰਘ ਦੇ ਪਿੰਡ ਨੂੰ ਕਰਕੇ ਰਾਤੋਂ ਰਾਤ ਖੇਤ ਪੈਲੀਆਂ ਰੁੜਵਾ ਦਿੱਤੇ ਪਰ ਕੋਈ ਨਹੀਂ ਜਾਣਦਾ ਹਰਫਰੀ ਪਿੰਡ ਦੀ ਇੱਕ ਰੁਕ ਇੱਕ ਰੱਖ ਵਿੱਚ ਪੀਂਗ ਝੂਟ ਦੀ ਬੇਣੂ ਦੇ ਮਨ ਚ ਕੀ ਗੁਜ਼ਰਦੀ ਪਈ ਸੀ ਜਦੋਂ ਉਹਦੀਆਂ ਸਹੇਲੀਆਂ ਨੇ ਮਲਾਰ ਛੋਇਆ ਸੀ ਛੋਲਾ ਫੂਲੋ ਰੇ ਛੋਲਾ ਫੂਲੋ ਰੇ ਲਾਲ ਫੁੱਲਾਂ ਕੇ ਰੰਗ ਮੇ ਤੂ ਰੰਗਲੇ ਚੁੰਨਰੀਆ ਤੂ ਰੰਗਲੇ ਉਮਰੀਆ ਤੇਰਾ ਕਾਨ ਕਨਿਆ ਸਾ ਦੂਲੋ ਰੇ ਛੋਲਾ ਫੂਲੋ ਰੇ ਪੱਤਿਆਂ ਚ ਲੇਰ ਕੀ ਤੂ ਜੁੰਮਕਾ ਬਣਾਏ ਲੇ ਸਈਆਂ ਰਝਾਏ ਲੇ ਤਿੰਦੂਆ ਕੇ ਪੇੜ ਝੂਲਾ ਝੂਲੋ ਰੇ ਛੋਲਾ ਫੂਲੋ ਰੇ ਸਿੰਬਲ ਦੇ ਰੁੱਖ ਅਗ ਰੰਗੇ ਫੁੱਲਾਂ ਨਾਲ ਭਰੇ ਸਨ ਖਾਮ ਖਾਚੂਆਤੀਆਂ ਲਾਉਂਦੇ ਉਸੇ ਨੂੰ ਪਿੰਡਾਂ ਵਾਲੇ ਛੋਲਾ ਆਖਦੇ ਸਨ ਜੋ ਪਾਣੀਆਂ ਨੂੰ ਵੀ ਅੱਗ ਲਾਉਂਦਾ ਚਾਪਦਾ ਸੀ ਬੇणू ਨੇ ਚੰਦਨ ਸਿੰਘ ਦਾ ਤਵੀਤ ਭਾਵੇਂ ਕੁਰਤੀ ਚ ਲੁਕਾਇਆ ਹੋਇਆ ਸੀ ਪਰ ਉਹਨੂੰ ਹੱਥ ਨਾਲ ਟੋਹਦੀ ਤੱਕ ਕੰਬ ਪੈਂਦੀ ਜਿਵੇਂ ਉਹਦਾ ਕੁਆਰਾ ਅੰਗ ਚੰਦਨ ਸਿੰਘ ਨੂੰ ਛੋ ਗਿਆ ਹੋਵੇ ਲੌਂਗਵਤੀ ਅੱਜਕੱਲ ਸੋਹਰੇ ਸੀ ਚਮਾਸੇ ਚ ਆਉਣ ਵਾਲੀ ਸੀ ਪਰ ਜਿੰਨਾ ਚਿਰ ਨਹੀਂ ਸੀ ਆਉਂਦੀ ਬੇਣੂ ਕੁਲ ਮੰਨ ਦੀ ਗੱਲ ਕਰਨ ਵਾਸਤੇ ਉਹੀ ਗੂੰਗਾ ਤਵੀਦ ਸੀ ਜੋ ਚੰਦਨ ਸਿੰਘ ਉਹਦੇ ਕੋਲ ਅਮਾਨਤ ਰੱਖ ਗਿਆ ਸੀ ਹੋਰ ਤਾਂ ਉੱਡਦੀ ਪੌਣ ਵੀ ਕੋਈ ਖਬਰ ਨਹੀਂ ਸੀ ਲਿਆਉਂਦੀ ਉਸ ਦਿਨ ਬੇਣੂ ਨੇ ਵੀ ਤੇ ਬਾਕੀ ਕੁੜੀਆਂ ਨੇ ਵੀ ਸੱਚੀ ਮੁੱਚੀ ਚਿਲੌਰ ਤੀਆਂ ਪੱਤੀਆਂ ਦੇ ਗੁੱਛੇ ਤੋੜੇ ਜਿਨ੍ਹਾਂ ਦੇ ਹਰੇ ਕੂਲੇ ਰੰਗ ਦੀਆਂ ਜਿਨ੍ਹਾਂ ਦੇ ਹਰੇ ਕੂਲੇ ਰੰਗ ਵਿੱਚ ਬੀਆਂ ਦੇ ਗਾੜੇ ਰੰਗ ਨਗਾ ਥੇਵਿਆਂ ਦਾ ਝੋਲਾ ਪਾਉਂਦੇ ਸਨ ਤੇ ਧਾਗਿਆਂ ਨਾਲ ਉਹ ਗੁੱਛੇ ਬੰਨ ਕੇ ਕੰਨਾਂ 'ਚ ਪਰੋ ਲਏ ਸਾਰਿਆਂ ਨੇ ਝੁਮਕੇ ਪਾਲੇ ਪਰ ਕੰਜ ਕੁਆਰੇ ਸੁਪਨਿਆਂ 'ਚ ਜੋ ਸਈਆਂ ਹੁੰਦਾ ਉਹ ਅੱਖਾਂ ਅੱਗੇ ਨਹੀਂ ਹੁੰਦਾ ਸੋ ਕੀ ਨੇ ਰਜਾਣਾ ਸੀ ਕਿ ਇਹਨੂੰ ਰਜਾਣਾ ਸੀ ਬੇਨੂ ਦੇ ਮਨ 'ਚ ਉਦਾਸੀ ਦੀ ਘੋਰ ਘਟਾਛ ਆ ਗਈ ਚੰਦਨ ਉੱਤੇ ਉਹਨੂੰ ਲੰਬਾ ਕੋਈ ਨਹੀਂ ਸੀ ਪਰ ਉਹ ਅੱਖਾਂ ਅੱਗੇ ਦਿਖਦਾ ਨਹੀਂ ਸੀ ਇਹੋ ਦਾ ਦੋਸ਼ ਸੀ ਬੇਣੂ ਦਾ ਮਨ ਉਹ ਲਾਂਬੇ ਨਾਲ ਭਰ ਗਿਆ ਤੇ ਚੰਦਨ ਦਾ ਮੇਲ ਉਹਨੂੰ ਛਲਾਵਾ ਜਿਹਾ ਜਾਪਣ ਲੱਗਾ ਐਵੇਂ ਇੱਕ ਰੁੱਤ ਦਾ ਮੇਲਾ ਉਸ ਰਾਤ ਹਨੇਰੀ ਦੀ ਬੁੱਕਲ 'ਚ ਬੇਣੂ ਨੇ ਧੁੱਕ ਜੋੜੀ ਤੂਤੋ ਹੱਸ ਸਈਆਂ ਚੋਮਾਸੀ ਕਾ ਪਾਣੀ ਮੈਂ ਤੋ ਭਰ ਬਹਿਤੀ ਨਦੀਆ ਰਹੀ ਤੇ ਬੁੱਕਲ 'ਚ ਮੂੰਹ ਕਰਕੇ ਬੇਣੂ ਬੜਾ ਰੋਈ ਜਾਪਿਆਂ ਨੂੰ ਸੱਚੀ ਮੁੱਚੀ ਹਮੇਸ਼ਾ ਭਰ ਵਹਿਣ ਵਾਲੀ ਨਦੀ ਦਾ ਸਰਾਪ ਲੱਗ ਗਿਆ ਸੀ ਸਭ ਜਾਣਦੇ ਸਨ ਚੌਧਰੀ ਭੂਪ ਸਿੰਘ ਦੇ ਪੰਜ ਭਰਾ ਸਨ ਛੰਨੂ ਸਿੰਘ ਚੂੜਾਮਲ ਸ਼ਿਸ਼ੂਪਾਲ ਸਿੰਘ ਅਨੇਕ ਸਿੰਘ ਤੇ ਕਰਨ ਸਿੰਘ ਤੇ ਜਦੋਂ ਦਾ ਠਾਕੁਰ ਪ੍ਰithvi ਸਿੰਘ ਨੂੰ ਨਦੀ ਨੂੰ ਬੰਨ ਮਾਰ ਕੇ ਉਹਨਾਂ ਦੇ ਖੇਤ ਪੈਲੀਆਂ ਰੋੜੇ ਸਨ ਤੇ ਜਦੋਂ ਦੇ ਠਾਕੁਰ ਪ੍ਰithvi ਸਿੰਘ ਨੇ ਨਦੀ ਨੂੰ ਬੰਨ ਮਾਰ ਕੇ ਉਹਨਾਂ ਦੇ ਖੇਤ ਪੈਲੀਆਂ ਰੋੜੇ ਸਨ ਉਹ ਉਦੋਂ ਦੇ ਸੱਪਾਂ ਦੇ ਡੰਗਾਂ ਜਿਹਾ ਕਿਸੇ ਤਾਕ ਚ ਫਿਰਦੇ ਸਨ ਇੱਕ ਦਿਨ ਉਹਨਾਂ ਸੁਣਿਆ ਠਾਕੁਰ ਪ੍ਰਿਥਵੀ ਸਿੰਘ ਘੜੀ ਚ ਕੱਲੈ ਮਲਖਾਨ ਸਿੰਘ ਆਪਣੀ ਸੰਗੀਤ ਦੇ ਆਪਣੇ ਸੰਗੀਤ ਦੇ ਗੁਰੂ ਨਾਲ ਕਿਸੇ ਸੰਗੀਤ ਸਭਾ ਚ ਗਿਆ ਹੋਇਆ ਚੰਦਨ ਸਿੰਘ ਜੰਗਲ ਚ ਸ਼ਿਕਾਰ ਖੇਡਣ ਉਹਨਾਂ ਨੂੰ ਮਲਖਾਨ ਸਿੰਘ ਦਾ ਭੈ ਨਹੀਂ ਸੀ ਸਿਰਫ ਚੰਦਨ ਸਿੰਘ ਦਾ ਭੈ ਸੀ ਮਲਖਾਨ ਸਿੰਘ ਭਾਵੇਂ ਹੱਡਾਂ ਪੈਰਾਂ ਦਾ ਏਡਾ ਤਗੜਾ ਸੀ ਕਿ ਕਈਆਂ ਨਾਲ ਵਾਰਾ ਵਟ ਸਕਦਾ ਸੀ ਪਰ ਚੰਦਨ ਸਿੰਘ ਦੇ ਨਿਸ਼ਾਨੇ ਦੀ ਮਾਰ ਤੋਂ ਬਚਣਾ ਅੰਬਰ ਨੂੰ ਟੱਕੀ ਲਾਣ ਵਰਗਾ ਸੀ ਇਸ ਲਈ ਅੱਜ ਜੋ ਚੰਦਨ ਸਿੰਘ ਦੀ ਗੈਰ ਹਾਜ਼ਰੀ ਵਿੱਚ ਕੁਰੁੰਡਲੀਏ ਸੱਪਾਂ ਵਾਂਗ ਤੁਰਦੇ ਠਾਕੁਰ ਪ੍ਰithvi ਸਿੰਘ ਦੀ ਘੜੀ ਕੋਲਾ ਬੈਠੇ ਸਨ ਉਧਰ ਚੰਦਨ ਸਿੰਘ ਭਾਵੇਂ ਦੂਰ ਜੰਗਲ 'ਚ ਸ਼ਿਕਾਰ ਨਿਕਲ ਉਧਰ ਚੰਦਨ ਸਿੰਘ ਭਾਵੇਂ ਦੂਰ ਜੰਗਲ 'ਚ ਨਿਕਲ ਗਿਆ ਸੀ ਤੇ ਪੱਸੀਆ ਜਾਤੀ ਦੇ ਛੋਟੇ-ਛੋਟੇ ਮੁੰਡੇ ਉਹਦੇ ਪਿੱਛੇ-ਪਿੱਛੇ ਮੋਏ ਸ਼ਿਕਾਰ ਨੂੰ ਫੜਨ ਲਈ ਭੱਜਦੇ ਪਏ ਸਨ ਪਰ ਚੰਦਨ ਸਿੰਘ ਨੂੰ ਕੋਈ ਚੱਜ ਦਾ ਸ਼ਿਕਾਰ ਨਹੀਂ ਸੀ ਮਿਲਿਆ ਆਖਰ ਉਹਨੇ ਇੱਕ ਪਾੜੇ ਨੂੰ ਗੋਲੀ ਮਾਰੀ ਜਿਹਦਾ ਮਾਸ ਉਹਦੇ ਕਿਸੇ ਕੰਮ ਨਹੀਂ ਸੀ ਪਰ ਪਿੰਡੋਂ ਭੱਜਦੇ ਆਏ ਮੁੰਡਿਆਂ ਨੂੰ ਖੁਸ਼ ਕਰਨ ਲਈ ਉਹਨੇ ਪਾੜੇ ਦਾ ਸ਼ਿਕਾਰ ਕੀਤਾ ਪਾੜੇ ਦਾ ਖੁਸ਼ਕ ਮਾਸ ਸਿਰਫ ਪੱਸੀਆ ਜਾਤੀ ਵਾਲੇ ਖਾਂਦੇ ਮੁੰਡਿਆਂ ਨੇ ਲਹੂ ਦੀ ਸੇਧ ਲੱਭ ਕੇ ਪਾੜੇ ਨੂੰ ਲੱਭ ਲਿਆ ਪਰ ਭੱਜਦੇ ਪਿੱਛਾ ਆਏ ਆਖਣ ਲੱਗੇ ਕੁਵਰ ਸਾਹਿਬ ਪਾੜਾ ਨਹੀਂ ਮੋਇਆ ਸਿਰਫ ਚੁਟੇ ਲੇ ਚੰਦਨ ਸਿੰਘ ਨੇ ਉਹਨਾਂ ਦੇ ਨਾਲ ਜਾ ਕੇ ਪਾੜੇ ਨੂੰ ਦੂਜੀ ਗੋਲੀ ਮਾਰੀ ਉਹ ਜ਼ਖਮੀ ਹੋਇਆ ਇੱਕ ਥਾਵੇਂ ਡਿੱਗਾ ਤੜਫ ਰਿਹਾ ਸੀ ਪਰ ਅਜੇ ਮੋਇਆ ਨਹੀਂ ਸੀ ਤੇ ਫਿਰ ਮੁੰਡਿਆਂ ਦੇ ਹਵਾਲੇ ਕਰਕੇ ਆਪ ਪਿੱਛਾਂ ਪਰਤਣ ਲੱਗਾ ਮੁੰਡਿਆਂ ਚੋਂ ਇੱਕ ਨੇ ਦੱਸ ਪਾਈ ਠਾਕੁਰ ਝੀਲ ਦੇ ਕੰਢੇ ਚੱਲੋ ਨੀਲ ਸਰਾ ਦੀਆਂ ਮੁਰਗਾਬੀਆਂ ਆਈਆਂ ਹੋਈਆਂ ਨੇ ਚੰਦਨ ਸਿੰਘ ਉੱਚੀ ਦੇਣੀ ਹੱਸ ਪਿਆ ਨਹੀਂ ਨਹੀਂ ਨੀਲ ਸਿਰਾਂ ਦੀਆਂ ਮੁਰਗਾਬੀਆਂ ਨਹੀਂ ਮਾਰੀ ਦੀਆਂ ਤੇ ਹੱਸਦਾ ਘੋੜੇ ਨੂੰ ਅੱਡੀ ਲਾ ਕੇ ਪਿੱਛਾਂ ਪਰਤ ਗਿਆ ਇਧਰ ਗੜੀ ਦਾ ਜੋ ਬੂਹਾ ਪਾਸੇ ਲੱਗਦੇ ਤਵੇਲੇ 'ਚ ਵੀ ਖੁੱਲਦਾ ਸੀ ਜਿੱਥੇ ਹੰਸਾ ਮੋਤੀ ਵੱਜੇ ਹੁੰਦੇ ਸਨ ਚੌਧਰੀਆਂ ਨੇ ਉਧਰ ਦਾ ਰੁਖ ਕੀਤਾ ਉਹਨਾਂ ਨੂੰ ਪਤਾ ਸੀ ਅੱਜ ਹੰਸਾ ਨੂੰ ਮਲਖਾਨ ਲੈ ਗਿਆ ਸੀ ਤੇ ਮੋਤੀ ਨੂੰ ਚੰਦਨ ਪਰ ਇਹ ਪਤਾ ਨਹੀਂ ਸੀ ਕਿ ਸੰਗੀਤ ਸਭਾ 'ਚ ਗੁਰੂ ਨੂੰ ਅਚਾਨਕ ਉੱਠੀ ਪੀੜ ਪਿੱਛੇ ਭੰਗ ਪੈ ਗਿਆ ਸੀ ਤੇ ਮਲਖਾਨ ਸੰਗੀਤ ਸਭਾ ਤੋਂ ਮੁੜ ਆਇਆ ਸੀ ਉਹ ਪੰਜੇ ਜਦੋਂ ਹੱਥਾਂ 'ਚ ਛਵੀਆਂ ਲਈ ਗੜੀ ਦੇ ਤਵੇਲੇ 'ਚ ਲੰਗੇ ਅੱਗੇ ਮਲਖਾਨ ਖਲੋਤਾ ਦਿਸਿਆ ਇਹ ਭਾਵੇਂ ਚੰਚਕ ਹੋਇਆ ਸੀ ਪਰ ਉਹਨਾ ਮਲਖਾਨ ਨੂੰ ਸੰਭਲਣ ਦਾ ਵੇਲਾ ਨਾ ਦਿੱਤਾ ਪੰਜੇ ਉਹਦੇ ਤੇ ਟੁੱਟ ਪਏ ਸਭ ਜਾਣਦੇ ਹਨ ਅਚਾਨਕ ਜਦੋਂ ਚੰਦਨ ਸਿੰਘ ਸ਼ਿਕਾਰ ਤੋਂ ਛੇਤੀ ਮੁੜ ਆਇਆ ਤੇ ਜਦੋਂ ਤਵੇਲੇ ਘੋੜਾ ਬੰਨਣ ਲਈ ਗਿਆ ਉਥੇ ਧਾਰਾਂ ਚ ਲਹੂ ਛੁੱਟਦਾ ਪਿਆ ਸੀ ਤੇ ਮਲਖਾਨ ਸਿੰਘ ਇੱਕ ਜ਼ਖਮੀ ਦਿਉਵੰਗ ਤਬੇਲੇ ਦੀਆਂ ਕੰਧਾਂ ਨਾਲ ਟਕਰਾਂਦਾ ਪੰਜਾਂ ਨਾਲ ਵਾਰੀ-ਵੱਟਦਾ ਪਿਆ ਸੀ ਪਰ ਉਹਦੇ ਸਾਹ ਪ੍ਰਾਂ ਟੁੱਟਦੇ ਪਏ ਸਨ ਚੰਦਨ ਸਿੰਘ ਦੀ ਬੰਦੂਕ ਦੀ ਗੋਲੀ ਜਦੋਂ ਪੰਜਾਂ ਚੋਂ ਇੱਕ ਦੀ ਪਿੱਠ 'ਚ ਵੱਜੀ ਤਾਂ ਚੰਗਰਾ ਮਾਰਦੇ ਪੰਜੇ ਬਾਹਰ ਭੱਜੇ ਪਰ ਚੰਦਨ ਦੇ ਹੱਥ 'ਚ ਬੰਦੂਕ ਸੀ ਉਹਦੀ ਮਾਰ ਤੋਂ ਬਹੁਤੀ ਦੂਰ ਨਹੀਂ ਸਨ ਜਾ ਸਕਦੇ ਮਿੰਟਾਂ 'ਚ ਹੀ ਕਾਰਵਰਤ ਗਿਆ ਕਿ ਪੰਜਾਂ ਦੀਆਂ ਲਾਸ਼ਾਂ ਦੂਰ ਨੇੜੇ ਦੀ ਮਿੱਟੀ 'ਚ ਢੇਰਾਂ ਵਾਂਗ ਡਿੱਗ ਪਈਆਂ ਪਿੰਡ 'ਚ ਅਜੇ ਹਾਲ ਪਾਰਿਆ ਵੀ ਨਹੀਂ ਸੀ ਹੋਈ ਕਿ ਚੰਦਨ ਸਿੰਘ ਨੇ ਮਲਖਾਨ ਨੂੰ ਮੰਜੀ ਤੇ ਪਵਾ ਕੇ ਨਾਲ ਮਾਪਿਓ ਨੂੰ ਲੇਤਾ ਮੰਜੀ ਸਿੱਧਾ ਥਾਣੇ 'ਚ ਰਖਵਾ ਕੇ ਮਲਖਾਨ ਨੂੰ ਨਾਲ ਦੇ ਸ਼ਹਿਰ ਹਸਤਾਲ 'ਚ ਭੇਜਣ ਦੀ ਤਾਕੀਦ ਕਰਕੇ ਆਪ ਘੋੜੇ ਨੂੰ ਅੱਡੇ ਲਾ ਲਈ ਧੰਨਵਾਦ